Welcome to this episode of the Harpreet Singh Show. I'm your host Harpreet Singh from Surrey, British Columbia, Canada. In today's program, I'm going to take you over to Chandigarh, and my guest is Ramesh Inder Singh, who is a former Chief Secretary of Punjab. And today is 6th of June 2022. But aaj assi tuhanu leke ja rahe hain itihas de panniyan naal jodan layi 38 saal pehla jo Darbar Sahib Amritsar te jadon hamla hoya si us samay Deputy Commissioner san Ramesh Inder Singh utthe 4 June nu inhan ne charge sambhalya utthe. ਅਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਤੁਸੀਂ ਸਾਰੇ ਹੀ ਜਾਣਦੇ ਹੋ। ਲੇਕਿਨ ਹੁਣ ਇਹਨਾਂ ਨੇ ਕਿਤਾਬ ਲਿਖੀ ਹੈ ਜਿਹੜੀ ਕਿ 20th of June ਨੂੰ ਇਹ ਇਨਾਗਰੇਟ ਕੀਤੀ ਜਾ ਰਹੀ ਹੈ, ਜਿਸ ਵਿੱਚ ਕਿ ਇਹਨਾਂ ਨੇ ਜੋ ਓਪਰੇਸ਼ਨ ਬਲੂ ਸਟਾਰ ਦੇ ਵਿੱਚ ਅਤੇ ਉਸ ਤੋਂ ਬਾਅਦ ਜਿਹੜੇ ਓਪਰੇਸ਼ਨਸ ਹੋਏ ਬਿਫੋਰ ਐਂਡ ਆਫਟਰ ਦਾ ਜੋ ਉਸ ਸਮੇਂ ਦਾ ਸਮਾਂ ਸੀ ਉਸਨੂੰ ਜੋ ਇਹਨਾਂ ਦੇ ਐਕਸਪੀਰੀਅੰਸਿਸ ਸਨ ਜੋ ਇਹਨਾਂ ਕੋਲ ਉਸ ਸਮੇਂ ਦੀ ਨੌਲੇਜ ਹੈ ਉਸਨੂੰ ਇਹ ਬਾਹਰ ਲੈ ਕੇ ਆਏ ਨੇ। ਸੋ ਲੈਟਸ ਗੈਟ ਓਵਰ ਟੂ ਹਿਮ ਐਂਡ ਲਰਨ ਫਰੋਮ ਹਿਮ ਐਜ਼ ਟੂ ਵਟ ਆਲ ਇਜ਼ ਇਨ ਦਿਸ ਬੁੱਕ ਐਂਡ ਹਾਊ ਦਿਸ ਬੁੱਕ ਇਜ਼ ਗੋਇੰ ਟੂ ਬੀ ਬੈਨੀਫਿਸ਼ੀਅਲ ਫੋਰ ਦ ਕਮਿਊਨਿਟੀ। ਰਮੇਸ਼ ਇੰਦਰ ਸਿੰਘ ਜੀ, ਜੀ ਆਇਆਂ ਨੂੰ ਵੈਲਕਮ ਟੂ ਦ ਪ੍ਰੋਗਰਾਮ, ਗੁੱਡ ਈਵਨਿੰਗ। ਰਮੇਸ਼ ਇੰਦਰ ਸਿੰਘ ਜੀ ਜੀ ਜੀ, ਥੈਂਕ ਯੂ ਫੋਰ ਯੋਰ ਟਾਈਮ ਸਰ। ਸੋ ਗੱਲਬਾਤ ਕਰਦੇ ਜੀ, ਇਹ ਕਿਤਾਬ ਤੁਸੀਂ 9 ਸਾਲਾਂ ਬਾਅਦ ਰਾਦਰ 2009 'ਚ ਤੁਸੀਂ ਲਿਆਏ ਹੋਏ ਅਤੇ ਉਸ ਤੋਂ ਬਾਅਦ ਤੁਸੀਂ ਵੋਲੰਟਰੀ ਰਿਟਾਇਰਮੈਂਟ ਤੋਂ ਬਾਅਦ ਹੁਣ ਜਿਹੜੇ ਹੈਗਾ ਇਹ ਕਿਤਾਬ ਲੈ ਕੇ ਆਏ ਹੋ 2022 ਦੇ ਵਿੱਚ, ਵਿਚ ਇਜ਼ 13 ਈਅਰਸ। ਸੋ ਇਸ ਸਮੇਂ ਇਹ ਕਿਤਾਬ ਲਿਆਉਣ ਦਾ ਇਹਦੇ ਪਿੱਛੇ ਕੀ ਤੁਹਾਡਾ ਆਈਡੀਆ ਹੈਗਾ ਐਂਡ ਵਾਟ ਆਲ ਹੈਵ ਯੂ ਟ੍ਰਾਈ ਟੂ ਬ੍ਰਿੰਗ ਆਊਟ ਇਨ ਦਿਸ ਬੁੱਕ? ਯੂ ਨੋ, ਆਫਟਰ ਮਾਈ ਪ੍ਰੀਮੈਚੁਰ ਰਿਟਾਇਰਮੈਂਟ ਵਿਚ ਆਈ ਟੁੱਕ ਫਰੋਮ ਦ ਗਵਰਨਮੈਂਟ ਐਜ਼ ਚੀਫ ਸੈਕਟਰੀ ਪੰਜਾਬ, ਆਈ ਵਾਜ਼ ਅਗੇਨ ਵਰਕਿੰਗ ਫਾਰ ਦ ਗਵਰਨਮੈਂਟ ਐਜ਼ ਚੀਫ ਇਨਫੋਰਮੇਸ਼ਨ ਕਮਿਸ਼ਨਰ ਅੰਡਰ ਰਾਈਟ ਟੂ ਇਨਫੋਰਮੇਸ਼ਨ ਐਕਟ, ਦ ਟ੍ਰਾਂਸਪੇਰੈਂਸੀ ਰਜੀਮ। And as you are aware that when you are in service, you are bound by your conduct rules. So the earliest I could retire, I could write was after my retirement. A retirement to baad phir ede te mainu kam karan lagge 3 saal lag gaye ji kitab to complete karan de layi. 572 page book hai. Research there, apart from what I saw, what I did or did not do, it describes an eyewitness account of the entire period starting from 1978 to about 96, and it also has a part 2 which deals with the historical background of conflict in Punjab starting from British Maharaja Ranjit Singh time to leke oh bhi matlab trace kita main ke inter community kis tarah conflict jehda si Punjab de vich oh paida hoya, linguistic issues, others, partition, Punjabi Suba, and thereafter emergence of radicalism in Punjab. So it's very comprehensive tell-all account hai ji. Why I wrote it after 30 years was because I found that there are many floating competing truths, if I may use the word, right, about these events. Har banda apni perception de naal mutabak ya jo gal baat unna ne suni hai ਉਹਦੇ ਹਿਸਾਬ ਦੇ ਨਾਲ ਤੱਥਾਂ ਨੂੰ ਮਰੋੜ ਕੇ ਜਿਹੜੇ ਨੇ ਪੇਸ਼ ਕਰਦੇ ਨੇ। ਸੋ ਆਈ ਫੈਲਟ ਦੈਟ ਟਰੂਥ ਮਸਟ ਬੀ ਟੋਲਡ, ਐਂਡ ਵਾਈਲ ਨਰੇਟਿੰਗ ਮਾਈ ਅਕਾਊਂਟ, ਜਿੱਥੇ ਵੀ ਜੋ ਦੂਜੇ ਕਿਸੇ ਪੋਲੀਟੀਕਲ ਲੀਡਰ ਨੇ, ਕਿਸੇ ਸਕਾਲਰ ਨੇ ਜੋ ਕਿਤਾਬਾਂ ਲਿਖੀਆਂ ਨੇ, ਉਹਦੇ 'ਚ ਕੋਈ ਵਰਸ਼ਨ ਦਿੱਤੀ ਹੈ ਜਿਹੜੀ ਮੇਰੇ ਵਰਸ਼ਨ ਨਾਲੋਂ ਡਿਫਰੈਂਟ ਹੈ, ਉਹ ਮੈਂ ਉਹ ਵਰਸ਼ਨ ਉਹਨਾਂ ਨੇ ਦਿੱਤੀ ਹੈ ਕਿਤਾਬ 'ਚ, ਤਾਂ ਕਿ ਰੀਡਰ ਜਿਹੜਾ ਹੈਗਾ ਇਵੈਲਿਊਏਟ ਕਰ ਸਕੇ ਕਿ ਸੱਚਾਈ ਕੀ ਹੈ ਜੀ। ਦੈਟ ਹੈਜ਼ ਬੀਨ ਮਾਈ ਐਫਰਟ। ਐਂਡ ਵਾਜ਼ ਇਟ ਇਨ ਯੋਰ ਮਾਈਂਡ ਜਦੋਂ ਤੁਸੀਂ ਆਫਕੋਰਸ ਸਰਵਿਸ ਵਿੱਚ ਵੀ ਹੈਗੇ ਸੀ ਕਿ ਰਿਟਾਇਰਮੈਂਟ ਤੋਂ ਬਾਅਦ ਜੋ ਕੁਝ ਇਹ ਇਤਿਹਾਸ ਵਿੱਚ ਹੋਇਆ ਸਿੱਖਾਂ ਦੇ ਨਾਲ, ਇਸ ਨੂੰ ਮੈਂ ਕਿਤਾਬ ਦੇ ਫਾਰਮ ਦੇ ਵਿੱਚ ਲੈ ਕੇ ਆਵਾਂ, ਜਾਂ ਇਟ ਆਲ ਆਫ ਅ ਸਡਨ ਕੇਮ ਟੂ ਯੂ ਕਿ ਨਹੀਂ ਦੇ ਸ਼ੁੱਡ ਬੀ ਟਰੁੱਥ ਸ਼ੁੱਡ ਬੀ ਬ੍ਰੌਟ ਆਊਟ? ਟੂ ਬੀ ਓਨੈਸਟ, ਉਸ ਟਾਈਮ ਮੇਰੇ ਦਿਮਾਗ 'ਚ ਨਹੀਂ ਸੀਗਾ, ਦੋ ਆਈ ਡਿਡ ਆਈ ਹੈਵ ਦ ਹੈਬਿਟ ਆਫ ਕੀਪਿੰਗ ਨੋਟਸ ਮਾਈ ਡਾਇਰੀ, ਤੋ ਉਹ ਮੈਨੂੰ ਬੜੀ ਉਹਦੀ ਮਦਦ ਹੋਈ। ਉਸ ਸਮੇਂ ਬਿਲਕੁਲ ਮਨ 'ਚ ਨਹੀਂ ਸੀ, ਵਿਚਾਰ 'ਚ ਨਹੀਂ ਸੀ ਕਿ ਮੈਂ ਕਿਤਾਬ ਲਿਖਾਂਗਾ, ਲੇਕਿਨ ਕਿਉਂ ਹੁਣ ਮੈਂ ਆ ਕੇ ਪੋਸਟ ਰਿਟਾਇਰਮੈਂਟ ਡਿਸਾਈਡ ਕੀਤਾ ਹੈ, ਮੈਂ ਤੁਹਾਨੂੰ ਦਿਸ ਤਰ੍ਹਾਂ ਕੀ ਦੱਸਿਆ ਕਿ ਇੰਨੀਆਂ ਡਿਫਰੈਂਟ ਵਰਸ਼ਨਸ ਨੇ, 38 ਈਅਰਸ ਹੋ ਗਏ ਨੇਗੇ ਬਲੂ ਸਟਾਰ ਨੂੰ, ਬਟ ਈਵਨ ਟੂਡੇ ਯੂ ਹੀਅਰ ਸੋ ਮੈਨੀ ਡਿਫਰੈਂਟ ਅਕਾਊਂਟਸ, ਯੂ ਨੋ, ਐਵਰੀਬਾਡੀ ਅਕੋਰਡਿੰਗ ਟੂ ਵਟ ਹੀ ਹੈਜ਼ ਹਰਡ ਔਰ ਸੀ ਔਰ ਪਰਸੀਵ, ਉਹਦੇ ਹਿਸਾਬ ਦੇ ਨਾਲ ਫੈਕਟਸ ਨੂੰ ਦੱਸ ਰਿਹਾ। ਸੋ ਮੈਂ ਸਮਝਿਆ ਕਿ ਯੂ ਨੋ, ਹਿਸਟਰੀ ਇਜ਼ ਵਟ ਯੂ ਰਾਈਟ, ਐਬਸੋਲੂਟਲੀ, ਇਫ ਯੂ ਡੂ ਨਾਟ ਰਾਈਟ it no more remains part of the history, because of public perception jehdi hai over a period of time generations de naal khatam ho jandi hai, to important si ga ki record jehda hai, written record,
ਇਹ ਛੱਡ ਕੇ ਜਾਇਆ ਜਾਏ ਜੀ ਸੋ ਇਟ ਵਾਸ 4th ਆਫ ਜੂਨ ਜੀ ਜਦੋਂ ਤੁਸੀਂ ਐਜ਼ ਡਿਪਟੀ ਕਮਿਸ਼ਨਰ ਅੰਮ੍ਰਿਤਸਰ 1984 ਵਿੱਚ ਆਏ ਆਪਰੇਸ਼ਨ ਹੈਡ ਆਲਰੇਡੀ ਸਟਾਰਟਡ ਬਟ ਯੂ ਵਰ ਸਿਲੈਕਟਡ ਐਜ਼ ਦ ਡਿਪਟੀ ਕਮਿਸ਼ਨਰ ਵੈਨ ਯੂ ਕੇਮ ਟੂ ਅੰਮ੍ਰਿਤਸਰ ਐਂਡ ਯੂ ਬਿਲੋਂਗ ਟੂ ਵੈਸਟ ਬੰਗਾਲ ਕੈਡਰ ਸੋ ਵਾਸ ਦੇਰ ਐਨੀ ਸਪੈਸੀਫਿਕ ਰੀਜ਼ਨ ਕਿ ਤੁਹਾਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਲਾਇਆ ਸੀ ਦੇਖੋ ਜੀ ਇਹ ਵੀ ਜਿਹੜੀ ਹੈ ਨਾ ਬੜੀ ਇੱਕ ਵੱਡੀ ਮਿਸਪਰਸੈਪਸ਼ਨ ਐਂਡ ਇੱਕ ਫਾਲਸਹੁੱਡ ਜਿਹੜੀ ਹੈ ਪ੍ਰੋਪੇਗੇਟ ਕੀਤੀ ਗਈ ਬਾਈ ਸਰਟਨ ਵੈਸਟਡ ਐਲੀਮੈਂਟਸ ਓਵਰ ਏ ਪੀਰੀਅਡ ਆਫ ਟਾਈਮ ਇਹ ਠੀਕ ਹੈ ਕਿ ਓਰੀਜਨਲ ਕਾਡਰ ਮੇਰਾ ਬੰਗਾਲ ਸੀਗਾ ਪਰ ਮੈਂ ਪੰਜਾਬ ਦੇ ਵਿੱਚ 1978 ਦੇ ਵਿੱਚ ਹੋ ਗਿਆ ਸੀ ਟ੍ਰਾਂਸਫਰ ਓਕੇ 1978 ਮਾਈ ਫਸਟ ਪੋਸਟਿੰਗ ਇਨ ਪੰਜਾਬ ਵਾਸ ਐਜ਼ ਐਡੀਸ਼ਨਲ ਡਿਪਟੀ ਕਮਿਸ਼ਨਰ ਐਂਡ ਸਰ ਸਿਮਰਨ ਸਿੰਘ ਮਾਨ ਉਸ ਟਾਈਮ ਮੇਰੇ ਨਾਲ SSP ਸੀ ਅੰਮ੍ਰਿਤਸਰ ਦੇ ਵਿੱਚ ਉਦੋਂ ਬਾਅਦ ਮੇਰੀ ਸੈਕਿੰਡ ਪੋਸਟਿੰਗ ਐਜ਼ ਐਡੀਸ਼ਨਲ ਡਿਪਟੀ ਕਮਿਸ਼ਨਰ ਸੰਗਰੂਰ ਰਿਹਾ ਕੋਈ ਵੀ ਉਹਨਾਂ ਦਫ਼ਤਰਾਂ ਦੇ ਬੋਰਡ ਤੇ ਜਾ ਕੇ ਮੇਰਾ ਨਾਂ ਹੁਣ ਵੀ ਦੇਖ ਸਕਦਾ ਲਿਖੇ ਹੋਏ ਨੇਗੇ ਥਰਡ ਮੇਰੀ ਪੋਸਟਿੰਗ ਪੰਜਾਬ ਦੇ ਵਿੱਚ ਫਿਰ ਜਿਹੜੀ ਸੀਗੀ ਐਜ਼ ਜੁਆਇੰਟ ਸੈਕਟਰੀ ਐਜੂਕੇਸ਼ਨ ਹੋਈ ਉਦੋਂ ਬਾਅਦ ਮੈਂ ਡਾਇਰੈਕਟਰ ਰੂਰਲ ਡਿਵੈਲਪਮੈਂਟ ਪੰਜਾਬ ਪੰਚਾਇਤ ਸੀਗਾ ਉਸ ਸਮੇਂ ਦਰਬਾਰਾ ਸਿੰਘ ਦੀ ਗੌਰਮੈਂਟ ਆ ਚੁੱਕੀ ਸੀ ਪਹਿਲਾਂ ਅਕਾਲੀ ਗੌਰਮੈਂਟ ਸੀਗੀ ਫਿਰ ਥੋੜ੍ਹੀ ਦੇਰ ਪ੍ਰੈਜ਼ੀਡੈਂਟ ਰੂਲ ਲੱਗਿਆ ਫਿਰ ਦਰਬਾਰਾ ਸਿੰਘ ਉਹਨਾਂ ਦੀ ਗੌਰਮੈਂਟ ਆ ਗਈ ਸੋ ਅਗੇਨ ਇੱਕ ਫੈਲਸੀ ਜਿਹੜੀ ਹੈਗੀ ਸੀ ਜਿਹੜੀ ਫੈਲਾਈ ਜਾਂਦੀ ਸੀ ਕਿ ਜੀ ਬਾਹਰੋਂ ਲਿਆਂਦਾ ਗਿਆ ਉਹ ਗਲਤ ਹੈਗੀ ਬਾਹਰੋਂ ਇਹ ਬਿਲਕੁਲ ਗਲਤ ਹੈ ਜੀ ਆਈ ਵਾਸ ਵੈਰੀ ਮੱਚ ਪਾਰਟ ਐਂਡ ਪਾਰਸਲ ਆਫ ਦ ਪੰਜਾਬ ਕਾਡਰ ਸਟਾਰਟਿੰਗ ਫਰੋਮ 1978 ਨਾਓ ਕਮਿੰਗ ਟੂ ਯੋਰ ਸੈਕਿੰਡ ਪਾਰਟ ਆਫ ਯੋਰ ਕੁਐਰੀ ਥੋੜੀ ਬੈਕਗ੍ਰਾਉਂਡ ਦੇਣੀ ਪਏਗੀ ਜੀ ਤੇ ਪ੍ਰੈਡੀਸੈਸਰ ਜਿਹੜੇ ਸਨ ਸਰਦਾਰ ਗੁਰਦੇਵ ਸਿੰਘ ਬਰਾੜ ਉਹਨਾਂ ਨੇ ਅਪ੍ਰੈਲ 1984 ਦੇ ਵਿੱਚ ਛੁੱਟੀ ਲਈ ਅਪਲਾਈ ਕੀਤਾ ਸੀਗਾ ਅਮਰੀਕਾ ਜਾਣ ਦੇ ਲਈ ਉਹਨਾਂ ਦਾ ਬੇਟਾ ਉੱਥੇ ਹੈਗਾ ਸਰ ਗੁਰਦੇਵ ਸਿੰਘ ਬਰਾੜ ਇੰਟਰਨੈਸ਼ਨਲ ਹਾਕੀ ਕੋਚ ਨੇਗੇ ਸਮਰ ਸਪੋਰਟਸ ਹੋ ਰਹੀਆਂ ਸੀਗੀਆਂ ਅਮਰੀਕਾ ਦੇ ਵਿੱਚ ਤੇ ਦੋ ਹਾਕੀ ਇਜ਼ ਨਾਟ ਪਾਰਟ ਆਫ ਦੋ ਸਮਰ ਸਪੋਰਟਸ ਲੇਕਿਨ ਐਜ਼ ਏ ਸਪੋਰਟਸਮੈਨ ਉਹ ਦੇਖਣਾ ਚਾਹੁੰਦੇ ਸੀ ਐਂਡ ਪਲੱਸ ਹੀ ਵਾਂਟਡ ਟੂ ਵਿਜ਼ਿਟ ਹਿਸ ਸਨ ਰਾਈਟ ਤੋਂ ਉਹਨਾਂ ਦੀ ਛੁੱਟੀ ਸਰਕਾਰ ਨੇ ਸੈਂਕਸ਼ਨ ਕਰ ਦਿੱਤੀ ਸੀ ਮੈਨੂੰ ਬੁਲਾਇਆ ਗਿਆ ਮੇ ਦੇ ਪਹਿਲੇ ਹਫ਼ਤੇ ਦੇ ਵਿੱਚ ਦੱਸਿਆ ਗਿਆ ਕਿ ਯੂ ਵਿਲ ਗੋ ਐਜ਼ ਲੀਵ ਰਿਪਲੇਸਮੈਂਟ ਫਾਰ ਮਿਸਟਰ ਬਰਾੜ ਡਿਊਰਿੰਗ ਹਿਸ ਲੀਵ ਪੀਰੀਅਡ ਰਾਈਟ ਆਈ ਵਿਜ਼ਿਟਡ ਅੰਮ੍ਰਿਤਸਰ ਮਿਟ ਸਰ ਗੁਰਦੇਵ ਸਿੰਘ ਬਰਾੜ ਟੂ ਫੈਮਿਲਰਾਈਜ਼ ਮਾਈਸੈਲਫ ਵਿਦ ਦ ਸਿਚੁਏਸ਼ਨ ਔਰ ਸਾਡਾ ਇੱਕ ਆਪਸ ਚ ਅੰਡਰਸਟੈਂਡਿੰਗ ਹੋ ਗਈ ਸੀ ਕਿ 6 ਤੋਂ ਉਹਨਾਂ ਨੇ ਛੁੱਟੀ ਜਾਣਾ ਤੇ ਮੈਂ 5 ਜੂਨ ਨੂੰ ਆ ਕੇ ਚਾਰਜ ਲਵਾਂਗਾ ਬਟ ਇਨ ਦ ਮੀਨ ਟਾਈਮ ਕੀ ਹੋਇਆ ਕਿ ਸਮ ਟਾਈਮ ਮਈ ਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਮਿਸਿਸ ਗਾਂਧੀ ਦੀ ਪ੍ਰਧਾਨਗੀ ਥੱਲੇ ਕੈਬਨਿਟ ਸਬ ਕਮੇਟੀ ਡਿਸਾਈਡਿਡ ਆਰਮੀ ਐਕਸ਼ਨ ਔਰ ਉਹ ਆਰਮੀ ਐਕਸ਼ਨ ਦਾ ਡਿਸੀਜ਼ਨ ਗਵਰਨਰ ਉਸ ਟਾਈਮ ਦੇ ਸੀਗੇ BD ਪਾਂਡੇ ਉਹਨਾਂ ਨੂੰ ਬੁਲਾ ਕੇ ਦਿੱਤਾ ਗਿਆ BD ਪਾਂਡੇ ਨੇ 2 ਜੂਨ ਨੂੰ ਚੀਫ ਸੈਕਟਰੀ ਨੂੰ ਅਤੇ ਉਸ ਟਾਈਮ ਦੇ ਹੋਮ ਸੈਕਟਰੀ ਸਰ ਅਮਰੀਕ ਸਿੰਘ ਪੁਨੀ ਨੂੰ ਬੁਲਾ ਕੇ ਨਾਲ ਉਸ ਸਮੇਂ ਵੈਸਟਰਨ ਕਮਾਂਡ ਦੇ ਜੋ GOC ਸਨ ਉਹਨਾਂ ਨੂੰ ਬੁਲਾ ਕੇ ਦੱਸਿਆ ਕਿ ਇਸ ਤਰ੍ਹਾਂ ਆਰਮੀ ਐਕਸ਼ਨ ਕਰਨਾ ਹੈਗਾ ਤੇ ਪੁਨੀ ਸਾਹਿਬ ਐਜ਼ ਹੋਮ ਸੈਕਟਰੀ ਰਿਲਕਟੈਂਟ ਸੀਗੇ ਇਸ ਦੀ ਅਪਰੂਵਲ ਦੇਣ ਲਈ ਉਹਨਾਂ ਨੇ ਦੇਣੀ ਸੀਗੀ ਕਿਉਂਕਿ ਸਾਰੇ ਪੰਜਾਬ ਸੀਗਾ ਓਪਰੇਸ਼ਨ ਬਟ ਅਲਟੀਮੇਟਲੀ ਸਾਈਨਡ ਦਾ ਰਿਕੁਜ਼ੀਸ਼ਨ ਲੈਟਰ ਵਿਚ ਵਾਸ ਐਡਰੈਸ ਟੂ ਜਨਰਲ ਸੁੰਦਰ ਜੀ ਔਰ ਉਸ ਲੈਟਰ ਦੇ ਬੇਸਿਸ ਦੇ ਉੱਤੇ ਆਰਮੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਆਈ ਮੈਂ ਕਲੈਰੀਫਾਈ ਕਰ ਦੇਣਾ ਚਾਹੁੰਦਾ ਕਿ ਆਰਮੀ ਐਕਸ਼ਨ ਇਕੱਲਾ ਅੰਮ੍ਰਿਤਸਰ ਦਰਬਾਰ ਸਾਹਿਬ ਨਹੀਂ ਹੋਇਆ ਇਹ ਆਲਮੋਸਟ 40-48 ਗੁਰਦੁਆਰਾ ਸਾਹਿਬਾਨ ਦੇ ਵਿੱਚ ਹੋਇਆ ਸਿਰਫ ਪੰਜਾਬ 'ਚ ਨਹੀਂ ਹਰਿਆਣੇ 'ਚ ਵੀ ਹੋਇਆ ਜਿੱਦਾਂ ਪੰਚਕੂਲਾ ਨਾਢਾ ਸਾਹਿਬ ਹੈ ਅੰਬਾਲੇ ਹੋਇਆ ਪਟਿਆਲੇ ਦੁੱਖ ਨਿਵਾਰਨ ਸਾਹਿਬ ਹੋਇਆ ਮੁਕਤਸਰ ਹੋਇਆ ਇਹ ਕਿਸੇ ਦੇ ਡਿਸਟ੍ਰਿਕਟ ਮੈਜਿਸਟਰੇਟ ਵੱਲੋਂ ਕੋਈ ਰੈਕੁਜ਼ੀਸ਼ਨ ਆਰਡਰ ਨਹੀਂ ਸਾਈਨ ਹੋਇਆ ਨਾ ਹੀ ਉਹਨਾਂ ਦੀ ਲੋੜ ਸੀ ਸਰਦਾਰ ਗੁਰਦੇਵ ਸਿੰਘ ਬਰਾੜ ਨੇ 3 ਜੂਨ ਨੂੰ ਕਰਫਿਊ ਲਾ ਦਿੱਤਾ ਸੀ ਤੁਹਾਨੂੰ ਯਾਦ ਹੈ ਕਿ ਇਹ 3 ਜੂਨ ਜਿਹੜਾ ਹੈ ਇਹ ਗੁਰੂ ਮਹਾਰਾਜ ਦਾ ਸ਼ਹੀਦੀ ਦਿਹਾੜਾ ਸੀਗਾ ਬਹੁਤ ਸਾਰੇ ਬੰਦੇ ਦਰਸ਼ਨ ਹੋਏ ਸੀਗੇ ਔਰ ਉਹ ਕਿਉਂਕਿ ਕਰਫਿਊ ਲੱਗ ਗਿਆ ਸਰ ਵਰਲਡ ਸਿਟੀ ਉਹ ਅੰਦਰ ਹੀ ਰਹਿ ਗਏ ਮੈਂ ਸਰ ਬਰਾੜ ਨੂੰ ਬਾਅਦ ਪੁੱਛਿਆ ਵੀ ਤੁਸੀਂ ਆਇਆ ਸੀ ਕਰਫਿਊ ਉਹ ਕਹਿੰਦੇ ਮੈਨੂੰ ਸਟੇਟ ਗਵਰਨਮੈਂਟ ਤੋਂ ਹਦਾਇਤਾਂ ਆਈਆਂ ਸੀ ਹੋਮ ਸੈਕਟਰੀ 3 ਜੂਨ ਦੀ ਰਾਤ ਤੋਂ ਸਾਰੇ ਪੰਜਾਬ ਜਿਹੜਾ ਸੀ ਕਰਫਿਊ ਲੱਗ ਗਿਆ ਸੀ ਫੌਜ ਅੰਮ੍ਰਿਤਸਰ 29 ਮਈ ਉਹਨਾਂ ਨੇ ਘੇਰਾਬੰਦੀ ਸ਼ੁਰੂ ਕਰ ਦਿੱਤੀ ਸੀ ਸੋ ਇਹ ਫੈਕਟਸ ਮੈਂ ਸਾਰੇ ਦੱਸੇ ਨੇ ਜੀ ਆਪਣੀ ਕਿਤਾਬ ਦੇ ਵਿੱਚ ਡਿਟੇਲ ਕਿ ਹੂ ਸਾਈਨਡ ਦਾ ਆਰਡਰ ਵਟ ਸੀਕੁਐਂਸ ਆਫ ਈਵੈਂਟਸ ਟੁੱਕ ਪਲੇਸ ਹਾਊ ਆਰਮੀ ਕੰਡਕਟਡ ਦਾ ਬਲੂ ਸਟਾਰ ਓਪਰੇਸ਼ਨ ਉਹਦੀ ਸਟੇਜ ਬਾਈ ਸਟੇਟ ਮੈਂ ਜੋ ਹੈ ਵਿਆਖਿਆ ਕੀਤੀ ਰਾਈਟ ਸੁਰਮੇਸ਼ਿੰਦਰ ਸਿੰਘ ਜੀ ਥੋੜ੍ਹਾ ਜਿਹਾ ਸਾਨੂੰ ਲੈ ਕੇ ਚਲੋ ਤੁਸੀਂ ਜਿਹੜੇ ਇਸ ਨੂੰ 78 ਔਨਵਰਡਸ ਨੂੰ ਕੈਰੀ ਔਨ ਕੀਤਾ 78-84 ਦਾ ਜਿਹੜਾ ਪੀਰੀਅਡ ਹੈਗਾ ਸੀ ਯੂ ਵਰ ਇਨ ਪੰਜਾਬ ਓਨਲੀ ਐਂਡ ਯੂ ਆਰ ਵਿਟਨੈਸਿੰਗ ਦ ਗਰੋਥ ਆਫ ਮਿਲੀਟੈਂਸੀ ਓਵਰ ਦੇਅਰ
ਅਤੇ ਉਸ ਤਰੀਕੇ ਨਾਲ ਜਿਸ ਤਰ੍ਹਾਂ ਤੁਹਾਡੀ ਕਿਤਾਬ ਦੇ ਵਿੱਚ ਮੈਂ ਥੋੜ੍ਹਾ ਜਿਹਾ ਬਿਕੋਜ਼ ਇੱਥੇ ਸਾਡੇ ਕੋਲ ਅਜੇ ਕਿਤਾਬ ਤਾਂ ਪਹੁੰਚੀ ਨਹੀਂ ਬਟ ਆਈ ਹੈਵ ਜਸਟ ਗੋਨ ਥਰੂ ਸਮ ਆਫ ਦ ਯੂ ਨੋ ਕਟਿੰਗਸ ਫਰੋਮ ਨਿਊਜ਼ ਪੇਪਰਸ ਐਕਸਟ੍ਰੈਕਟਸ ਯੈਸ ਉਹਦੇ ਵਿੱਚ ਐਕਸਰਪਟਸ ਦੇ ਵਿੱਚੋਂ ਕੁਝ ਚੀਜ਼ਾਂ ਜਿਹੜੀਆਂ ਬਾਹਰ ਆਉਂਦੀਆਂ ਨੇ ਉਹਦੇ ਵਿੱਚ ਮੁੱਖ ਤੌਰ ਦੇ ਉੱਤੇ ਇਹ ਹੈਗਾ ਕਿ ਇਟ ਵਾਜ਼ ਯੂ ਸੇ ਹਾਈ ਪੋਲਿਟਿਕਸ ਗੋਨ ਹੇ ਵਾਇਰ ਸੋ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਸਨ ਜਰਨੈਲ ਸਿੰਘ ਭਿੰਡਰਾਂਵਾਲੇ ਤਾਂ ਉਹਨਾਂ ਦੇ ਬਾਰੇ ਉਸ ਸਮੇਂ ਬਹੁਤ ਸਾਰੀਆਂ ਕਿਤਾਬਾਂ 'ਚ ਆ ਚੁੱਕਿਆ ਕਿ ਕਿਸ ਤਰੀਕੇ ਨਾਲ ਸੰਜੇ ਗਾਂਧੀ ਨੇ ਕੀਤਾ ਜੋ ਕੁਝ ਹੋਇਆ ਬਟ ਵੈਨ ਹੀ ਵਾਜ਼ ਐਟ ਗੁਰੂ ਨਾਨਕ ਨਿਵਾਸ ਐਟ ਦੈਟ ਟਾਈਮ ਇਟ ਇਜ਼ ਸੈਡ ਦੈਟ ਟੂ ਪੀਪਲ ਕੇਮ ਐਂਡ ਵਾਂਟਡ ਹਿਮ ਟੂ ਡਿਕਲੇਅਰ ਖਾਲਿਸਤਾਨ ਐਂਡ ਯੂ ਹੈਵ ਮੈਂਸ਼ਨ ਦੈਟ ਆਲਸੋ ਇਨ ਯੋਰ ਬੁੱਕ ਸੋ ਆਰ ਯੂ ਅਵੇਅਰ ਹੂ ਵਰ ਦੀਸ ਟੂ ਪੀਪਲ ਬਿਕੋਜ਼ ਸੰਬੜੀ ਇਜ਼ ਸੇਇੰਗ ਕਿ ਇਹ ਜੀ ਪਾਕਿਸਤਾਨੀ ਏਜੰਟ ਸਨ ਕੋਈ ਕਹਿੰਦੇ ਨੇ ਜੀ ਇਹ ਸਰਕਾਰ ਦੇ ਹੀ ਬੰਦੇ ਸਨ ਸੋ ਪਲੀਜ਼ ਕੁਡ ਯੂ ਐਲੈਬੋਰੇਟ ਔਨ ਦਿਸ ਇੱਕ ਥੋੜ੍ਹੀ ਜਿਹੀ ਮੈਂ ਕਰੈਕਸ਼ਨ ਕਰਦੇ ਹਾਂ ਜੀ ਕਿ ਉਸ ਸਮੇਂ ਇਹ ਇਨਸੀਡੈਂਟ ਤੇ ਸਿਰਫ 1 ਜਾਂ 2 ਦਿਨ ਪਹਿਲਾਂ ਹੋਇਆ ਹੈ ਬਲੂ ਸਟਾਰ ਦੇ ਆਪਰੇਸ਼ਨ ਤੋਂ ਜੀ ਪ੍ਰੋਬੇਬਲੀ ਇਟ ਹੈਪਨਡ ਔਨ 2nd of June 1st or 2nd of June ਤੋਂ ਉਸ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਲਰੇਡੀ ਸ਼ਿਫਟ ਕਰ ਚੁੱਕੇ ਸਨ ਅਕਾਲ ਤਖਤ ਦੇ ਵਿੱਚ ਨਾ ਇਹ ਰਿਕਾਰਡ ਤੇ ਹੈ ਸੰਤ ਲੌਂਗੋਵਾਲ ਨੇ ਵੀ ਦੱਸਿਆ ਬਾਅਦ 'ਚ ਮੈਂ ਇਹ ਫੈਕਟਸ ਨੂੰ ਆਪਣੇ ਤੌਰ 'ਤੇ ਵੀ ਵੈਰੀਫਾਈ ਕੀਤਾ ਕਿ ਦੋ ਅਨਨੋਨ ਸਿੱਖ ਯੰਗ ਮੁੰਡੇ ਉਹਨਾਂ ਨੇ ਸੰਤ ਲੌਂਗੋਵਾਲ ਨੂੰ ਅਪਰੋਚ ਕੀਤਾ ਕਿ ਵੀ ਤੁਸੀਂ ਖਾਲਿਸਤਾਨ ਡਿਕਲੇਅਰ ਕਰ ਦਿਓ ਉਹਨਾਂ ਨੇ ਕਿਹਾ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕੋਲ ਜਾਓ ਉਹ ਉੱਥੇ ਗਏ ਉਹਨਾਂ ਨੇ ਕਿਹਾ ਕਿ ਜੇ ਲੌਂਗੋਵਾਲ ਕਰ ਦੇਣਗੇ ਮੈਂ ਕਰਦਾ ਹਾਂ ਸੋ ਦੋਨਾਂ ਸੰਤਾਂ ਨੇ ਦੇ ਡਿਡ ਨਾਟ ਫਾਲ ਇਨ ਟੂ ਦਿਸ ਟ੍ਰੈਪ ਨਾ ਯੋਰ ਕੁਐਸਚਨ ਕਿ ਹੂ ਵਰ ਦੀਸ ਟੂ ਯੰਗ ਬੋਇਜ਼ ਟੂ ਬੀ ਓਨੈਸਟ ਨੋਬਡੀ ਨੋਜ਼ ਦੇਅਰ ਆਈਡੈਂਟੀ ਫਰੋਮ ਵੇਅਰ ਦੇ ਕੇਮ ਵਾਈ ਦੇ ਕੇਮ ਐਂਡ ਵਟ ਵਟ ਪ੍ਰੋਵੋਕ ਦੇਮ ਟੂ ਡੂ ਇਟ ਨਾ ਇਟਸ ਏ ਮੈਟਰ ਆਫ ਇੰਟਰਪ੍ਰੀਟੇਸ਼ਨ ਇਟਸ ਏ ਮੈਟਰ ਆਫ ਇੰਟਰਪ੍ਰੀਟੇਸ਼ਨ ਵਨ ਇੰਟਰਪ੍ਰੀਟੇਸ਼ਨ ਇਜ਼ ਦੈਟ ਇਟ ਦੇ ਵਰ ਪਾਕਿਸਤਾਨੀ ਏਜੰਟਸ ਪ੍ਰੋਵੋਕਡ ਬਾਈ ਦੈਮ ਟੂ ਡਿਕਲੇਅਰ ਦਿਸ which could in recognition of Khalistan by Pakistan. This is one version. The second version, as you yourself have mentioned, ke government of India da stand si ga ke Khalistan declare karna hai ga utthon. Is karke sanu army action karna paya. To oh, a version jehdi interpretation hai, hai ke oh Indian hi agents si ge jinna ne ek koshish kiti ke Khalistan declare da unna de munch pa ditta jave. ਤੇ ਜੇ ਉਹ ਪਾ ਦੇਣਗੇ ਤਾਂ ਜਸਟੀਫਿਕੇਸ਼ਨ ਫੋਰ ਆਰਮੀ ਐਕਸ਼ਨ ਬਣ ਜਾਂਦੀ ਹੈ ਬਟ ਇਹਦੇ ਬਾਰੇ ਰਿਐਲਿਟੀ ਕੀ ਹੈ ਇਹ ਮੈਂ ਕਿੰਨਾ ਆਈ ਕੈਨ ਨਾਟ ਵੈਰੀਫਾਈ ਰਾਈਟ ਸੋ ਤੁਸੀਂ 4 ਜੂਨ ਨੂੰ ਜਦੋਂ ਆਉਂਦੇ ਹੈਗੇ ਹੋ ਜੀ ਆਫਕੋਰਸ ਸਿਚੁਏਸ਼ਨ ਬੜੀ ਟੈਂਸ ਹੈਗੀ ਹੈ ਦਾ ਓਪਰੇਸ਼ਨ ਇਜ਼ ਆਲਰੇਡੀ ਬੀਨ ਲਾਂਚਡ ਜੋ ਤੁਸੀਂ ਆਉਂਦੇ ਹੈਗੇ ਉੱਥੇ ਅਤੇ ਜਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਉੱਥੇ ਟੈਂਕਸ ਤੱਕ ਚਲੇ ਜਾਂਦੇ ਨੇ ਜੋ ਕੁਝ ਗਵਰਨਮੈਂਟ ਨੇ ਸੋਚਿਆ ਸੀ ਕਿ ਜੀ ਅਸੀਂ ਅੰਦਰ ਵੜ ਕੇ ਆਰਮੀ ਨੂੰ ਪਾ ਕੇ ਕਮਾਂਡੋਜ਼ ਨੂੰ ਭੇਜ ਕੇ ਅਸੀਂ ਸਕਸੈਸਫੁਲ ਹੋ ਜਾਵਾਂਗੇ everything went haywire are you aware were you brought into consideration when the tanks were brought in ke bhai idi ki load pe gayi hai ye jis tarike de halaat ban rahe sir first thing the entire operation was conducted by the army civil administration or the district magistrate or the state government at Chandigarh were not involved or kept in picture about this operation I had no knowledge what the plan was nor did I in any way was involved in the operation now to answer your second part yes army journals us samay jo mauke the san unhone they miscalculated the consequences of their action they presumed ke jab any fauj andar jayegi charo pasyon ghera pa ke te jo andar khadku ਦਰਬਾਰ ਸਾਹਿਬ ਦੇ ਵਿੱਚ ਹਨ ਕਿ ਉਹ ਆਪਣੇ ਆਪ ਨੂੰ ਸਰੈਂਡਰ ਕਰ ਦੇਣਗੇ ਨਾ ਦਿਸ ਵਾਸ ਏ ਫੈਲੇਸੀ ਇਨਫੈਕਟ ਦੇਰ ਵਾਸ ਇਨਫ ਇਨਫੋਰਮੇਸ਼ਨ ਔਨ ਰਿਕਾਰਡ ਦੈਟ ਦੇ ਆਰ ਮੋਟੀਵੇਟਡ ਐਂਡ ਦੇ ਵਿਲ ਪੁੱਟ ਅਪ ਸਟਿਫ ਰੈਜ਼ਿਸਟੈਂਸ ਔਰ ਇਹੀ ਹੋਇਆ ਜਦ ਫੌਜ ਅੰਦਰ ਗਈ ਤੇ ਉਹ ਉਹਨੂੰ ਪੂਰੀ ਰੈਜ਼ਿਸਟੈਂਸ ਮਿਲੀ ਸਮਾਲ ਵੈਪਨਸ ਦੇ ਨਾਲ ਫੌਜ ਵਾਸ ਅਨਸਕਸੈਸਫੁਲ then they upgraded their weaponry pehla apcs armed personnel carriers leke gaye andar phir baad kyunki wo bhi successful nahi hoya each time they went forward they were repulsed so consequently government di approval nal dilliyon tanks andar leke gaye fauj jehdi hai aur oda natija saryan de samne hai jo sanu saryan nu qaum nu mulk nu vi jehda hai bhuktna pa reha ji ਸੋ ਰਮੇਸ਼ਿੰਦਰ ਸਿੰਘ ਜੀ ਜੋ ਜੋ ਹੋ ਰਿਹਾ ਸੀ
ਇਹ ਸਭ ਕੁਛ ਉੱਤੋਂ ਦਿੱਲੀ ਤੋਂ ਆ ਰਹੇ ਸੀ ਆਰਡਰਸ ਕਰਨ ਵਾਸਤੇ ਜਾਂ ਸਿਰਫ ਆਰਮੀ ਨੂੰ ਹੀ ਇੰਚਾਰਜ ਬਣਾ ਦਿੱਤਾ ਗਿਆ ਸੀ ਐਂਡ ਦੇਵਰ ਗਿਵਨ ਦ ਲੀਵੇ ਕਿ ਬਈ ਯੂ ਹੈਂਡਲ ਇਟ ਦ ਵੇ ਯੂ ਵਾਂਟ ਟੂ ਡੂ ਇਟ? ਦੇਖੋ ਜੀ, ਜੋ ਮੇਰੀ ਖੋਜ ਹੋਈ ਹੈ ਉਹਦੇ ਹਿਸਾਬ ਦੇ ਨਾਲ ਤੇ ਆਰਮੀ ਨੂੰ ਮੈਂਡੇਟ ਦੇ ਕੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਫ੍ਰੀ ਹੈਂਡ ਮਿਲ ਗਿਆ ਸੀਗਾ। ਲੇਕਿਨ ਇੱਕ ਉਹਨਾਂ ਨੂੰ ਕੌਸ਼ਨ ਜ਼ਰੂਰ ਕੀਤਾ ਗਿਆ ਸੀ ਆਰਮੀ ਨੂੰ ਕਿ ਮਿਨੀਮਮ ਡੈਮੇਜ ਹੋਵੇ। ਤੋ ਉਹ ਇਨਫੈਕਟ ਲੈਟ ਮੀ ਟੈਲ ਯੂ ਕਿ ਅੱਜ ਫੌਜੀ ਸਰਕਲਸ ਦੇ ਵਿੱਚ ਵੀ ਇਸ ਚੀਜ਼ ਦਾ ਅਹਿਸਾਸ ਹੈ ਕਿ ਬਲੂ ਸਟਾਰ ਓਪਰੇਸ਼ਨ ਵਾਸ ਇਲ ਕਨਸੀਵਡ, ਇਲ ਪਲੈਨਡ ਐਂਡ ਇਲ ਐਗਜੀਕਿਊਟਿਡ। ਸੋ ਮਚ ਸੋ ਕਿ ਅੱਜ ਕੇਂਦਰ ਸਰਕਾਰ ਦੇ ਵਿੱਚ, ਸੈਂਟਰਲ ਗੌਰਮੈਂਟ ਦੇ ਵਿੱਚ ਮੰਤਰੀ ਨੇ ਜਨਰਲ ਵੀ ਕੇ ਸਿੰਘ, ਜੋ ਚੀਫ ਆਫ ਆਰਮੀ ਸਟਾਫ ਹਿੰਦੁਸਤਾਨ ਦੇ ਰਹੇ ਨੇ, ਉਹਨਾਂ ਨੇ ਵੀ ਆਪਣੀ ਕਿਤਾਬ ਦੇ ਵਿੱਚ ਇਸ ਗੱਲ ਦੀ ਜੋ ਹੈ ਜ਼ਿਕਰ ਕੀਤਾ ਹੈ ਕਿ ਇਹ ਓਪਰੇਸ਼ਨ ਜਿਹੜਾ ਸੀਗਾ ਇਹ ਇਟ ਵਾਸ ਬੈਡਲੀ ਐਗਜੀਕਿਊਟਿਡ, ਇਟ ਵਾਸ ਇਲ ਪਲੈਨਡ, ਇਲ ਥੋਟ ਆਊਟ। ਇਸ ਤੋਂ ਪਹਿਲਾਂ ਵੀ ਕਈ ਜਰਨੈਲ ਨੇ ਗਏ, ਜਨਰਲ ਸਿਨਹਾ ਹੈ ਇੱਕ ਬੜੇ ਫੇਮਸ, ਉਹਨਾਂ ਨੇ ਦੋ ਕਿਤਾਬਾਂ ਲਿਖੀਆਂ ਨੇਗੀਆਂ, ਵੈਸਟਰਨ ਕਮਾਂਡ ਦੇ ਚੀਫ ਰਹੇ ਨੇਗੇ, ਬਾਅਦ ਚ ਗਵਰਨਰ ਵੀ ਬਣੇ ਨੇ, ਉਹਨਾਂ ਨੇ ਵੀ ਜਿਹੜਾ ਹੈ ਕੀਤਾ। ਇਟਲੀ ਬਿਲੀਵ ਨਾਓ ਦੈਟ ਦ ਡਿਸੀਜ਼ਨ ਮੇਕਰਸ ਇਨ ਆਰਮੀ ਐਟ ਦੈਟ ਪਰਟੀਕੁਲਰ ਟਾਈਮ ਪ੍ਰੋਬੇਬਲੀ ਵਰ ਨਾਟ fully conscious of the political consequences, were not full, conscious of the Sikh ethos, shahidi da jada hai, kyunki jo shahidi da jazba Sikhism de vich hai, oh eh hai ki jab aa jaye te fir oh talde nahi ge, and they had not expected this kind of resistance. Exactly, but that, on the other hand, jede arms utthe pahunchde si, after all arms inne vade vade jede arms darbar sahib de andar pahunche, ਇਹਦੇ ਬਾਰੇ ਵੀ ਤੁਸੀਂ ਜੀ ਆਪਣੇ ਜਿਹੜਾ 78 to 84 ਦਾ ਪੀਰੀਅਡ ਇਹਦੇ ਵਿੱਚ ਤੁਸੀਂ ਕਵਰ ਕੀਤਾ ਹੈਗਾ ਸਾਰਾ? ਹਾਂਜੀ ਹਾਂ, ਬਿਲਕੁਲ ਕੀਤਾ ਹੈ ਜੀ। ਇਨਫੈਕਟ ਉਸ ਸਮੇਂ ਦੇ ਜੋ ਪੰਜਾਬ ਦੇ ਮੁਖੀ ਸਨ ਮਿਸਟਰ ਪਿੰਡਰ, ਉਦੋਂ DGP ਦੀ ਪੋਸਟ ਨਹੀਂ ਹੁੰਦੀ ਸੀ, IGP ਸੀਗੀ ਪੋਸਟ ਜੀ, ਪ੍ਰੀਤਮ ਸਿੰਘ ਪਿੰਡਰ, ਉਹਨਾਂ ਨੇ ਹੀ ਐਸ ਐਡਮਿਟਿਡ ਬਿਫੋਰ ਮੀਡੀਆ ਦੈਟ ਦੇਰ ਵਰ ਇੰਸਟਰਕਸ਼ਨਸ ਨਾਟ ਟੂ ਸਰਚ ਦ ਟਰੱਕਸ, ਕਾਰ ਸੇਵਾ ਦੇ ਜਾਂ ਜੋ ਲੰਗਰ ਦਾ ਸਮਾਨ ਲੈ ਕੇ ਜਾ ਰਹੇ ਨੇ ਉਹਨਾਂ ਨੂੰ। ਕੌਨਸੀਕੁਐਂਟਲੀ ਟਰੱਕਸ ਵਰ ਪ੍ਰੋਬੇਬਲੀ ਯੂਜ਼ਡ ਟੂ ਕੈਰੀ ਵੈਪਨ ਇਨਸਾਈਡ। ਬੜੀ ਫੋਰਟੀਫਿਕੇਸ਼ਨ ਹੋਈ ਹੈ ਦਰਬਾਰ ਸਾਹਿਬ ਦੀ, ਔਰ ਮੈਂ ਤਾਂ ਸਮਝਦਾ ਇੱਕ ਧਾਰਮਿਕ ਸਥਾਨ ਦੀ ਜੋ ਆਰਕੀਟੈਕਚਰਲ ਸਟਰਕਚਰ ਹੈ ਉਹਨੂੰ ਟੈਂਪਰ ਕੀਤਾ ਗਿਆ, ਕਿਉਂਕਿ ਜਦ ਤੁਸੀਂ ਮੋਰਚੇ ਬਣਾਉਂਦੇ ਹੋ ਦੀਵਾਰਾਂ ਦੇ ਵਿੱਚ ਮਾਰਬਲ ਦੇ ਵਿੱਚ ਕੱਟ ਕਰਕੇ ਜਿਹੜਾ ਹੈਗਾ ਮਚਾਨ ਬਣਾਉਂਦੇ ਹੋ, ਤੇ ਇੱਕ ਹੋਲੀ ਸਪੇਸ ਦੀ ਜਿਹੜੀ ਹੈ ਉਹ ਆਰਕੀਟੈਕਚਰਲ ਇੱਕ ਵਾਇਲੇਸ਼ਨ ਹੈ ਮੈਂ ਸਮਝਦਾ, ਅਪਾਰਟ ਫਰੋਮ ਬਾਈ ਇਟਸੈਲਫ ਬੀਇੰਗ ਏ ਇਲੀਗਲ ਐਕਟੀਵਿਟੀ। ਰਾਈਟ, ਸੋ ਰਮੇਸ਼ ਇੰਦਰ ਸਿੰਘ ਜੀ ਹਥਿਆਰ ਜਾਂਦੇ ਰਹੇ, ਉਸ ਤੋਂ ਬਾਅਦ ਇੱਕ ਫੋਬੀਆ ਜਿਹੜਾ ਉਹ ਕ੍ਰੀਏਟ ਕੀਤਾ ਗਿਆ ਐਂਡ ਫਾਈਨਲੀ ਜੋ ਹੈ ਦਰਬਾਰ ਸਾਹਿਬ 'ਤੇ ਹਮਲਾ ਹੋਇਆ। ਉਹਦੇ ਵਿੱਚ ਮੁੱਖ ਤੌਰ ਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ ਦਰਬਾਰ ਸਾਹਿਬ 'ਤੇ ਅਟੈਕ ਦੀ, ਅਤੇ ਖਾਸ ਤੌਰ 'ਤੇ ਜਿਹੜਾ ਦਿਨ ਚੁਣਿਆ ਗਿਆ, ਇਹ ਵੀ ਕਿਹਾ ਜਾਂਦਾ ਜੀ ਬਹੁਤ ਸਾਰੀ ਕਿਤਾਬਾਂ 'ਚ ਅਸੀਂ ਪੜ੍ਹਿਆ ਕਿ ਜੀ ਜਾਣ ਬੁੱਝ ਕੇ ਜਿਹੜਾ ਸ਼ਹੀਦੀ ਦਿਵਸ ਸੀ ਇਸ ਨੂੰ ਮੰਨਿਆ ਗਿਆ ਅਤੇ ਬੇਗੁਨਾਹ ਲੋਕਾਂ ਨੂੰ ਮਾਰਿਆ ਗਿਆ। ਉਸ ਸਮੇਂ ਮੈਗਜ਼ੀਨਸ ਆਉਂਦੇ ਹੁੰਦੇ ਸੀ, ਕਾਰਵਾਨ ਇੱਕ ਬੜਾ ਫੇਮਸ ਨਿਊਜ਼ ਮੈਗਜ਼ੀਨ ਹੁੰਦਾ ਸੀ, ਐਂਡ ਫਰੰਟ ਪੇਜ ਦੇ ਉੱਤੇ ਉਹਦੇ ਵਿੱਚ ਦਰਬਾਰ ਸਾਹਿਬ ਦੇ ਆਸ ਪਾਸ ਦਿਖਾਈਆਂ ਗਈਆਂ ਕਿ ਕਿਸ ਤਰ੍ਹਾਂ ਬਾਡੀਜ਼ ਭਰੀਆਂ ਹੋਈਆਂ ਨੇ ਟਰੱਕਸ ਦੇ ਵਿੱਚ ਅਤੇ ਉਹ ਲੈ ਕੇ ਜਾ ਰਹੇ ਨੇ, ਐਂਡ ਦੇ ਵਰ ਇਨੋਸੈਂਟ ਪੀਪਲ। ਸੋ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਸੀ, ਤੁਸੀਂ ਤੁਹਾਡਾ ਹੈੱਡਕੁਆਰਟਰ ਕਿੱਥੇ ਹੋਇਆ ਕਰਦਾ ਸੀ? ਕੁਤਵਾਲੀ ਹੁੰਦਾ ਸੀ ਜਾਂ ਕਿੱਥੇ ਹੋਰ ਸੀ? ਐਂਡ ਯੂ ਆਰ ਜਸਟ ਓਬਜ਼ਰਵਿੰਗ ਇਟ ਬਿਕੋਜ਼ ਐਵਰੀਥਿੰਗ ਵਾਜ਼ ਹੈਪਨਿੰਗ ਅੰਡਰ ਦ ਕਮਾਂਡ ਆਫ ਦ ਆਰਮੀ, ਬਟ ਤੁਹਾਡਾ ਜਿਹੜਾ ਰੋਲ ਹੈਗਾ ਸੀ ਇਹਦੇ ਵਿੱਚ ਉਹ ਕੀ ਆ ਰਿਹਾ ਸੀ? ਐਡਮਿਨਿਸਟ੍ਰੇਸ਼ਨ ਕੀ ਕਰ ਰਹੀ ਸੀ? ਇਸ ਤਰ੍ਹਾਂ ਜੀ, ਉਹ ਜਿਹੜੇ ਦਿਨ ਸੀਗੇ 4, 5, 6 ਬਲਕਿ 7 ਤੱਕ ਜਿਹੜਾ ਹੈ ਉਹ ਉਹਦੇ 'ਚ ਸਿਵਲ ਐਡਮਿਨਿਸਟ੍ਰੇਸ਼ਨ ਦਾ ਕੋਈ ਰੋਲ ਨਹੀਂ ਸੀ। ਮੈਂ ਮੌਕੇ 'ਤੇ ਹਾਜ਼ਰ ਨਹੀਂ ਸੀਗਾ, ਮੈਂ ਸਾਡਾ ਇੱਕ ਸਿਵਲ ਕੰਟਰੋਲ ਰੂਮ ਸੀਗਾ ਉੱਥੇ ਸੀ, ਉਹਦੇ ਵਿੱਚ ਸੀਗਾ, ਲੇਕਿਨ ਉਸ ਸਿਵਲ ਕੰਟਰੋਲ ਦੇ ਵਿੱਚ ਕੋਈ ਇਨਫੋਰਮੇਸ਼ਨ ਨਹੀਂ ਸੀ ਆ ਰਹੀ। ਸ਼ਾਇਦ ਤੁਹਾਡੀ ਨੌਲੇਜ 'ਚ ਹੀ ਹੋਵੇ ਕਿ ਆਰਮੀ ਨੇ ਸਾਰੇ ਟੈਲੀਫੋਨ ਜ਼ਿਲ੍ਹੇ ਦੇ ਡਿਸਕਨੈਕਟ ਕਰ ਦਿੱਤੇ ਸੀ, ਇੰਕਲੂਡਿੰਗ ਮਾਈ ਟੈਲੀਫੋਨ। ਸੋ ਦੇਰ ਵਾਜ਼ ਨੋ ਕਮਿਊਨੀਕੇਸ਼ਨ, ਆਈ ਹੈਡ ਨੋ ਐਕਸੈਸ ਟੂ ਮਾਈ ਸਬੋਰਡੀਨੇਟ ਆਫਿਸਰਸ ਔਰ ਮਾਈ ਪੁਲਿਸ ਕਲੀਗ SSP ਔਰ ਮਾਈ ਹੋਮ ਸੈਕਟਰੀ ਔਰ ਚੀਫ ਸੈਕਟਰੀ। ਓਨਲੀ ਮੋਡ ਆਫ ਕਮਿਊਨੀਕੇਸ਼ਨ ਵਾਜ਼ ਪੁਲਿਸ ਵਾਇਰਲੈਸ ਨੈਟਵਰਕ। ਲੇਕਿਨ ਕਿਉਂਕਿ ਇਨਫੋਰਮੇਸ਼ਨ ਇਨਫਲੋ ਮੈਨੂੰ ਨਹੀਂ ਸੀਗਾ, ਆਈ ਵਾਜ਼ ਆਲਸੋ ਕਨਫਾਈਨਡ, ਕਰਫਿਊ ਲੱਗਿਆ ਹੋਇਆ ਸੀ ਸਾਰੇ, ਤੋ ਹੋਇਆ ਬਾਅਦ ਚ ਪਤਾ ਲੱਗਿਆ, ਬਾਅਦ ਚ ਦੇਖਿਆ 7 ਤਰੀਕ ਤੋਂ। ਸਭ ਤੋਂ ਪਹਿਲਾਂ ਜੋ ਹੋਇਆ ਉਹਦੀ ਕੋਈ ਸਾਡੀ ਨਾ ਤਾਂ ਇਨਵੋਲਵਮੈਂਟ ਸੀਗੀ ਸਿਵਲ ਐਡਮਿਨਿਸਟ੍ਰੇਸ਼ਨ ਦੀ, ਨਾ ਹੀ ਸਾਨੂੰ ਉਹਦੇ ਬਾਰੇ ਕੋਈ ਇਨਫੋਰਮੇਸ਼ਨ ਸੀਗੀ।
जी जिथे तक मौतों का तलक है, तुसी क्या डेड बॉडीज का, हाँ जी वो इंफ्लिक्टिंग फिगर्स दित्तियां जांदियां ने, जी लेकिन मैं तुहानूं दसना चाहांगा कि उस समय उत्थे दे जो डीएसपी सिटी सीगे उन्होंने, अपार सिंह बाजवा नाम सी उन्हां दा, उन्होंने डेड बॉडीज काउंट कीतियां जो दरबार साहब के अंदर सीगियां, वो तकरीबन 711 सीगियां, लेकिन इंजर्ड कोई जो सी 138-140 वह हॉस्पिटल शिफ्ट हुए, उन्होंने चो बाद डैथ हो गई। इस तो अलावा दरबार साहब के इर्द गिर्द जो है कुछ मौत हुई, सो टोटल डैथ जड़िया ने गियां इस सारे दुखांत दे विच वो 780 783 दे करीब ने गियां। सो दे वर नॉट इन थाउजेंड्स, दे वर नॉट इन थाउजेंड्स एज हैज बीन टोल्ड बिफोर। नो नो नो, इन फैक्ट लेट मी टेल यू दैट एसजीपीसी अनाउंस्ड रिलीफ टू द फैमिलीज ऑफ दोज किल्ड इन दरबार साहब, और उन्होंने दीवियां जड़िया फिगर्स ने गियां वो 750 दे करीब ने गियां, जिन्हां नूं उन्होंने रिलीफ दिता, जिन्हां ने क्लेम किया तो दिता। इस तो अलावा मैं क्रिमेशन ग्राउंड दी फिगर्स लईयां कि किन्ने किन्नी बॉडीज जिहड़ियां क्रिमेट होईयां, सारियां नूं कोलेट करके मैं किताब दे विच सारी डिटेल्स दित्तियां, गवर्नमेंट दी की वर्शन है डैथ्स दे बारे, कुछ एक जिहड़े अपने प्रोमीनेंट लीडर्स ने उन्हां दीयां किन्नियां ने, जिस तरह फॉर एग्जाम्पल सरदार सिमरनजीत सिंह मान ने, उन्होंने भी कहा कि 25-30 हज़ार के करीब जिहड़ियां हैगियां मौतां हो गईयां। तो एस जी पी सी की किन्नी रिलीफ दिता गया, स्टेट गवर्नमेंट ने भी एक रिलीफ अनाउंस कर दिता सी बाद दे विच आ के, और रिलीफ जिहड़ा बंदियां ने अवेल किया, सारिया फिगर्स नूं देख के मैं इस कंकलूजन ते पहुंचियांगा कि अराउंड 783 दे करीब जिहड़ियां ने टोटल मौतां होईयां। जी दैट्स एक्सीलेंट इनफॉर्मेशन जी जी तुसी दे रहे हो, बिकॉज इहदे उत्ते भी बहुत असी देखदे हां कि किस तरीके नाल इह प्रोपेगेट हो रहा है, विवाद है जी, जी बहुत वड्डा विवाद है जी। रमेश चंद्र सिंह जी, इट्स टाइम फॉर अ शॉर्ट ब्रेक, वील गो फॉर अ ब्रेक, हुणी वापस आके तुहाडे तों इत्थों ही कंटिन्यू करदे हां कि जदों ऑपरेशन खत्म होंदा है तां उस तों बाद तुसी दरबार साहब गए होवोगे, एंड संत जरनैल सिंह भिंडरांवाले दी बॉडी दी जिहड़ी हैगी उसकी शिनाखत हुई, उस तों बाद एक होर चक्कर चल पिया कि जी वह उतों थलों भज गए सी, उतों नहीं हैगे, एंड यह भी बड़ी देर तक पंजाब विच चलता रहा माहौल, बट ये जो 78 तो बाद जो कुछ होया पंजाब दे विच कलमिनेटेड इन ऑपरेशन ब्लू स्टार, उहदे विच मुख तौर दे उत्ते ते अकाली दल नूं साइडलाइन करन दा संजय गांधी दा आइडिया सी, लेकिन इस दे नाल जो जो नुकसान होया ते खास तौर उत्ते जिहड़ा तुसीं सिख एथोस दी गल कीती हैगी है, उस दे उत्ते एक निरंतर अज भी उही गल चलदी हैगी है, बट उस तों बाद भी दो ऑपरेशनस होए, की होया वह किवें फिर दोबारा तो होया, की एडमिनिस्ट्रेशन बिल्कुल इस दे बारे जानू नहीं सी, या ए भी एक तरह का कहा जाता है कि प्लांटेड सी। सो वील टॉक ऑल अबाउट दिस आफ्टर दिस ब्रेक। हर रंग है साडे को, हर मॉडल, हर एक दी अपनी वक्री पहचान, असी एक परिवार हाँ, साडा कर्म है अगे वधाउणा, सफर नू सौखा बनाउणा, बसंत मोटर्स तुहाडे नाल तुहाडे करके। है जुल्म ढाने का अंदाज भी कितना हसी, हमारी जान पर बनाई है जब जब उसने अंगड़ाई ली, कभी खामोश रहते हैं कभी शोर होता है, मोहब्बत में शरारत का मजा कुछ और होता है, दिल को जज्बात का तोहफा, खामोशियों को बात का तोहफा, खूबसूरती में जड़ी नजाकत अदाओं की चांद से मुखड़े को चांद सा तोहफा। भरत ज्वेलर्स, सच्चे प्यार की चमक जैसा, फाइव बिजनेस सेंटर सरी। की तुसी सरी डेल्टा रिचमंड एब्सफोर्ड या वैंकूवर विच नवा घर बनाने बारे सोच रहे हो, या फिर पुराने घर नु रेनोवेट करना चाहते हो, तुहानु लोड है एक तजुर्बेकार बिल्डर, एक क्रिएटिव इंटीरियर डिजाइनर दी, जो तुहानु सही तरह गाइड कर सकन ते तुहाडे सुपने दे घर नु उसार सकन। आज ही कॉल करो हरप्रीत या संदीप 604-825-9295 उते। Heavens forbid. Losing a loved one can be heartbreaking and devastating. Funeral costs in British Columbia are high. Did you know you don't have to buy a casket from a funeral home? You have a choice. Yes, it's the law. Buy a funeral casket for your loved one direct, from Rest in Peace. Ripcaskets.com and save hundreds of dollars. They will deliver it free to a funeral home of your choice in Vancouver, Lower Mainland. For more details, visit their online store at ripcaskets.com. Rest in peace.
स्वागत करते हैं जी एक बार फिर आप सब दा इस प्रोग्राम विच टर्मोइल इन पंजाब बिफोर एंड आफ्टर ब्लू स्टार। एक नवी किताब रमेश इंद्र सिंह जी ने लिखी है जिहड़े कि फॉर्मर चीफ सैकटरी पंजाब रह चुके ने। तो जदों यह हादसा होया सी तो उस समय ये अमृतसर के डिप्टी कमिश्नर सन। सो इस किताब विच थोड़ा जिहा एक वीडियो साडे कोल आई है, लेट्स सी दिस एंड देन वील गेट बैक रमेश इंद्र सिंह जी एंड कंटिन्यू विद द डिस्कशन। सो ये असी देख रहे हैं जी कि जो कुछ इतने होया, बहुत सारे वीडियोज़ अवेलेबल ने, तो इस किताब के इनसाइड स्टोरी जी लैके आए हो। सो रमेश इंद्र सिंह जी, जदों तुसी जांदे हो दरबार साहब तो जो डिस्ट्रक्शन हुई है उत्थे, तो उस तो बाद संत जरनैल सिंह भिंडरांवाले नूं आइडेंटिफाई भी किया जाता है, पर उस तो बाद होर बहुत सारी कहानियां होंदियां ने। सो कैन यू टेक अस बैक टूवर्ड्स दैट टाइम कि उस समय किहो जिहा माहौल सी एंड किस तरह यह सारी सिचुएशन नूं टैकल करन लई एडमिनिस्ट्रेशन नूं कहा गया सी? मैं जी पहली बार दरबार साहब ब्लू स्टार ऑपरेशन तो बाद 7 तरीक की सुबह गया एंटर किया गा। मेरे नाल ब्रिगेडियर गुराया जिन्होंने भी एक ब्लू स्टार के उत्ते किताब लिखी है रिटायरमेंट तो बाद, वो सीगे। तो अंदर तो सीन बहुत भयानक सी जी, डेड बॉडीज सीगियां, अकाल तख्त साहब की सारा फ्रंट फसाड जिहड़ा सीगा वो तहस नहस हो गया सीगा, बॉडीज सरोवर च कर रही सीगियां, तो इधर सराए वाले पासे भी कई जगह मतलब बुलेट मार्क्स के सारे स्ट्रक्चर के विच ही सी। लाइब्रेरी बिल्डिंग जिहड़ी कि दरबार साहब कंपलैक्स के अंदर ही है, उहदी भी काफ़ी नुकसान होया हुआ सीगा, दुखदाई दृश्य सीगा। सन जरनैल सिंह भिंडरांवाले की जिहड़ी बॉडी आइडेंटिफाई की गई सी उहदे विच एडमिनिस्ट्रेशन का कोई सी या कुथों बाहरों करवाया गया सी? हाँ जी, जदों मैं तुहानूं दस्सिया ना 7 तरीक नूं मैं गया, ते उस समय सन जरनैल सिंह, अमरीक सिंह ते थाड़ा बाबा थाड़ा सिंह जी, इन्हां तिन्नां दे शरीर जिहड़े सीगे उह दर्शनी दिउड़ी घंटा घर वाले साइड दे उत्ते फौज ने लिया के रख दित्ते सन। संता का भाई एक फौज के सूबेदार से, उन्होंने ना जलंधर पोस्टेड से, उन्होंने फौज लैके आई, उन्होंने आइडेंटिफाई की बॉडीज जीडिया ने। सिविल एडमिनिस्ट्रेशन वालों भी उस समय के DSP सिटी अपार बाजवा जिन्हों का मैं नाम लिया, वह तो पंडित हरजीत सिंह FP CID होंगे से, उन्होंने किया। उदो बाद इन्हों तिना बॉडीज का पूरे सन्मान सत्कार के नाल अरदास करके संस्कार किया गया। संस्कार करन तो बाद मैं, मेरे एक एग्जैक्टिव मजिस्ट्रेट होंदे सी मिस्टर टिल्लो, अनफॉर्चुनेटली डैथ हो गई उन्हां दी, वह उन्हां दीआं अस्थियां जिहड़ियां सीगियां गुरद्वारा कीरतपुर साहब असी फौज की स्कॉट के विच भेजियां, और उत्थे गुरद्वारा साहब के रिकॉर्ड च दर्ज है, उत्थे जाके उन्हां दा संस जो है जल प्रवाह किया गया जी। ओके, तो दूजी जिहड़ियां बॉडीज सीगियां जी, उन्हां दा सारिआं दा पहलां पोस्टमार्टम होया, उस तो बाद फिर उन्हों का संस्कार किया गया। बड़ा टेंस माहौल सी जी, ये जो सारा कुछ हालात बने हुए सन। बिल्कुल, एंड एज द हेड ऑफ द डिस्ट्रिक्ट बहुत सारा तुहाडे उत्ते भी प्रेशर हैगा सी। सो ये लोगों के जज्बे जिहड़े सी वो बहुत उत्ते गए हुए सी। उस तो बाद खास तौर उत्ते टॉप पॉलिटिशन जिहदे विच ज्ञानी जैल सिंह, इंदिरा गांधी, ये भी इत्थे आए, तो किते इस सारे सफ़र दे विच जो कुछ तुसी तुहाडी इंटरैक्शन जदों हुई आर्मी वाले नाल, जिस तरह तुसी क्या मिलिट्री एरोगेंस की गल की जा रही है, दे टुक इट वेरी लाइटली, यू नो इट्स जस्ट वील गो इन एंड वील कैप्चर दोज टेररिस्ट, बट ऑन द अदर हैंड तुहाडा परस्पेक्टिव की सी जी ओवरऑल जो तुसी इस किताब च लिखिया गया कि ये जो कुछ होया इहदे विच एक तरीके का हमेशा लई, अज भी असी देखते हैं कि 38 साल हो गए इस
हादसे नूं वापरे होए, लेकिन अज भी जिहड़े ने दुख लोगों के जिहड़े हैगे ने ओह पूरे नहीं होए हैगे, एंड वूंड्स आर स्टिल सोर। सो इफ आई वुड आस्क यू दैट तुहाडा सारा कुछ जो तुसीं ऑब्जर्व कीता, ये मिसकैलकुलेशनस होईआं, आर्मी का होया, उस तो बाद जिहो जिहा माहौल बनिया, किस चीज़ नूं तुसीं एस्क्राइब करोगे इस नूं? देखो जी, जो ब्लू स्टार दी एग्जीक्यूशन है उहदे कॉन्सीक्वेंसिस ने उहदे सारे सामने ही नेगे। मैं ये कहाँगा एक होर बेसिक फंडामेंटल चीज़ नूं मैं एनालाइज करने की कोशिश की है कि कन्फलिक्ट रेजोल्यूशन जो है एक डेमोक्रेसी दे विच वह किस तरह किया जाना चाहिए। देखो डेमोक्रेटिक एक पॉलिटी दे विच कंपीटिंग इंटरस्ट, कंपीटिंग क्लेम्स, कंपीटिंग डिमांड्स हमेशा आउणगियां। थोड़े आई एम श्योर कैनेडा दे विच भी होंदियां होणगियां, बिल्कुल हर सोसाइटी च होंदियां, और इंडिया ते बहुत ही प्लूरलिस्टिक हैगी इन टर्म्स ऑफ कंपोजिशन ऑफ इट्स रिलीजन्स, कास्ट, रीजन्स, लैंग्वेजेस। सो जो स्ट्रैटजी पंजाब दे विच कन्फलिक्ट नूं रिजोल्व करन दे लई अडॉप्ट कीती गई वह इटसेल्फ डिविसिव सी। इनू पोलिटिकली हैंडल करन दी बजाए इट वॉज अलाउड टू ड्रिफ्ट ओवर ए पीरियड ऑफ टाइम, रीच ए स्टेज वैन यू नो द डिसीजन मेकरस फेल्ट के भी इस टाइम फौज तो अलावा होर साढ़े कोल कोई चारा नहीं है। तो 26 मीटिंगां जिहड़ियां नेगियां सेंट्रल गवर्नमेंट नाल ते अकाली लीडर्स दे नाल होईयां, तीन चार दे विच प्राइम मिनिस्टर इंदिरा गांधी ने आप प्रिजाइड ओवर कीता। लेकिन एफर्ट जिहड़ा सीगा वो रिजोल्व करन दा नहीं सीगा, वो meetings became more of a camouflage which resulted in the delay and the consequences are before us. Is to pehla vi punjab de vich tusi dekhya hona, padhya hona, you are much younger, ke 66 jad punjabi suba linguistic agitation challi to kis tarah kinne saal tak jehda hega ohnu agitation challan to baad oh punjabi suba demand jehdi sigi oh implement hoi वो भी पूरी सैटिस्फाई नहीं कर सकी पंजाबियों जो है। तो एक कन्फलिक्ट रेजोल्यूशन बड़ा इंपॉर्टेंट है। ऑफकोर्स आई वुड ब्लेम द अदर साइड ऑलसो, बिकॉज किसी भी कन्फलिक्ट दे विच दो साइड्स तो बिना कन्फलिक्ट नहीं हो सकता जी। यू कैन नॉट हैव ए सिंगल साइडेड कन्फलिक्ट, तो दोनों का रोल हैगा। लेकिन नेशन बिल्डिंग दे विच कन्फलिक्ट रेजोल्यूशन डेमोक्रेटिक वे दे नाल and articulation of demands through constitutional process, this is very critical. It has to become a value system in our polity je assi idda de hadsiyan nu bachauna hai ji. To is badi important gal kiti conflict resolution di, but usde naal naal do pakh jehde liande rahe Punjab de vich, ek si ke mismanagement si ya it was a deliberately done to teach Sikhs a lesson. This also has been propagated. So from your perspective, being closely involved with whatever happened, what do you feel about it? Dekho ji, mishandling positively hai. Oh, kyunki dekho tusi jo eh violence shuru hoi Punjab de vich, eh nirankari clash Amritsar to shuru hoi hai. Ji bilkul. To usse stage to hi mishandling honi shuru ho gayi. Tusi dekho April da mahina Baisakhi de dihade अमृतसर साहब उन्होंने उन्हों की कॉन्फ्रेंस नू अलाउ करना, जुलूस कढ़ना अलाउ करना, दैट इटसेल्फ वाज़ अ ग्रेट प्रोवोकेशन। राइट, फिर तुसी उत्थे पूरा इंतजाम नहीं किया सिचुएशन नू कंट्रोल करन दा। हादसा जब हो गया फिर 18 बंदियां दियां मौतां हो गईयां, फिर उस तो बाद भी सिचुएशन हैंडल नहीं हुई, उस तो बाद निरंकारियां दे मर्डर होने शुरू हो गए पंजाब दे विच। तो बड़ी मैं समझदा लैप्स हैगी, पूर हैंडलिंग हुई है ओवर ए सिचुएशन इनू हैंडल करन दे विच। इट अल्टीमेटली ड्रिफ्टेड 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 एंड बिकेम एन एथनो नेशनल मूवमेंट। और इहदे च फॉरन पावर्स दा देखो, जद किसी एक मुल्क दे विच डिस्टर्ब कंडीशनस होणगियां ते फॉरन थोड़े एनिमीज जिहड़े ने हमेशा एक्सप्लॉइट करनगे उस सिचुएशन। हाँ जी, तो उस तरह इत्थे होया, वैपन आने शुरू हो गए, फंडिंग शुरू हो गई, ट्रेनिंग शुरू हो गई मिलिटेंट्स दी। तो ये सिचुएशन जेड़ी सीगी इट बिकेम सो कॉम्प्लेक्स के इट वाज ए पॉलिटिकल मिसहैंडलिंग, इट वाज फॉरेन पावर्स प्लेइंग गेम अगेंस्ट इंडिया, एंड इवन डायस्पोरा हैड ए रोल इन दिस। राइट, मीडिया हैड ए रोल इन इट।
So it's too complex to, I have described all this in my book. Okay. So Rameshinder Singh ji, Khalistan di San Janel Singh Pindrewale used to say, jo koi sunya janda hai ke ji, I am not asking for Khalistan, but if the government gives me, I will not deny it. But naal, us to baad do bandiyan da bhi zikr hoya kitab de vich. But jadon eh hadsa ho gaya, उस तो बाद एज डिस्ट्रिक्ट एडमिनिस्ट्रेटर तुसी की घबराहट हैगी सी गवर्नमेंट दे विच के जी ये खालिस्तान का मुद्दा होना उभर जाए तो की उस समय ये सारा कुछ जिहड़ा हैगा पिंडां दे विच शहरां दे विच ये मूवमेंट ने गेन किया या ये भी जिस तरह तुसी मीडिया की गल की एक हाइप ही हैगा सी ए बिल्कुल हाइप क्रिएट की गई है जी संत जरनैल सिंह पिंडरांवाला ने खालिस्तान की डिमांड नहीं रखी मैक्सिमम जो जर्नलिस्ट उन्होंने प्रवोक करते बार बार पूछी जाते तो वह कहते भी ना मैं मंगया पर जे सरकार दे तो मैं ना भी नहीं करता ठीक नाल उन्होंने ये जरूर कहा कि जे फौज हमला कर दी है दरबार साहब से तो वह खालिस्तान की नींह जी रखी जाएगी लेकिन मैं थोड़ा दसना चाहवागा कि 84 ब्लू स्टार तो बाद भी कोई डिमांड नहीं सी इंदिरा गांधी के मर्डर तो बाद इन्ना वायलेंस हुई सिखां दे खिलाफ कतलेआम होया उदो बाद भी कोई जिहड़ी है खालिस्तान की डिमांड नहीं सी 1985 दे विच दिल्ली यूनिवर्सिटी के एक प्रोफेसर ने आके पंजाब सर्वे किया उन्होंने फाइंडिंग्स ने इट्स इन पबलिश्ड फॉर्म इन ए बुकलेट उन्होंने कंकलूजन यह सीगा कि सिर्फ 5% बंदे ऐसे ने गए जिहड़े खालिस्तान की हमायत करते हैं डिमांड नहीं हमायत करते हैं सो इट वॉज नैवर ए खालिस्तान इशू लेकिन अप्रैल 86 दे विच जिहड़ी पहली पंथक कमेटी बनी जी उन्होंने दरबार साहब दे अंदर अप्रैल दे महीने दे विच खालिस्तान डिकलेयर कर दिता एक डिकलेयर की मतलब प्रेस कॉन्फ्रेंस करके उत्थे कह दिता भी खालिस्तान बनावांगे खालिस्तान कमांडो फोर्स की एक फॉर्मेशन जिहड़ी है अनाउंस कर दिती इस स्टेज तो कुछ एलीमेंट्स जिहड़े सीगे वह खालिस्तान दे नां दे थले वायलेंस क्रिएट करन लग गए देखो जिहड़ी पंजाब मिलिटेंसी है मोनोलिथिक नहीं सी देयर वाज नो सेंट्रल कमांड राइट देयर वाज नो सेंट्रल लीडरशिप ना ही ब्लू स्टार तो बाद इस सारी मूवमेंट दा कोई सिर कढ़वा लीडर सीगा तो रिजल्ट यह होया कि छोटे छोटे ग्रुप्स जिहड़े नेगे तीन चार पंथक कमेटियां बन गईयां कई किस्म दियां सेल्फ डिकलेयर्ड आर्मड फोर्सिस बन गईयां फाइटिंग फोर्सिस बन गईयां अपने आप को जरनैल डिकलेयर कर लग गए मीडिया उन्होंने पब्लिसिटी देने लग गया वायलेंस होंगी सी वायलेंस इज ऑलवेज हाईलाइटेड एंड रिपोर्टेड पाकिस्तान तो उन्होंने वैपन एंड फंडिंग आनी शुरू हो गई तो ये पाकिस्तान की जी इंटेंशन सी हिंदुस्तान दे विच और पंजाब दे विच एक कॉम्यूनल टेंशन कर क्रिएट करके क्रॉस माइग्रेशन सीगा कि पंजाब तो सिख बाहर जाण सॉरी हिंदू बाहर जाण ते सिख जिहड़े ने उह पंजाब दे तो बाहरले स्टेटां चों पंजाब च आउण जी तो इह उहनां दा मोटिव सीगा दैट इज़ वाई तुसीं देखोगे कि मिलीटेंसी इन पंजाब जिहड़ी हैगी है उहनां नूं कोई हैवी वैपन नहीं सप्लाई होए जिद्दां अफगानिस्तान दे विच जिहड़ियां सी स्टिंगर मिसाइल्स भी सीगियां एंड एंटी आर्मर वैपन भी आया कदे आप दे मिलीटेंट्स ने फौज दे नाल पंगा नहीं लिया ਉਹ ਸਿਵਲੀਅਨ ਜਿਹੜੇ ਇਨੋਸੈਂਟ ਸਿਵਲੀਅਨ ਸੀਗੇ ਸਮਾਲ ਵੈਪਨਸ ਨੂੰ ਯੂਜ਼ ਕਰਦੇ ਹੋਏ ਉਹਨਾਂ ਨੂੰ ਮਾਰਿਆ ਗਿਆ ਤੋ ਇਹ ਦ ਨੇਚਰ ਆਫ ਵੈਪਨ ਸਪਲਾਈਡ ਦ ਨੇਚਰ ਆਫ ਟ੍ਰੇਨਿੰਗ ਗਿਵਨ ਇਹ ਸਾਰਾ ਇੱਕ ਕਿਓਸ ਕ੍ਰੀਏਟ ਕਰਨਾ ਸੀਗਾ ਔਰ ਜਿਹੜੇ ਖਾਲਿਸਤਾਨੀ ਪ੍ਰੋਪੇਗੇਟਰਸ ਬੈਠੇ ਸੀਗੇ ਬਾਹਰ ਵੀ ਜਿੱਦਾਂ ਸਰ ਜਗਜੀਤ ਸਿੰਘ ਚੌਹਾਨ ਸੀਗਾ ਡਾਕਟਰ ਸੋਹਣ ਸਿੰਘ ਸੀਗਾ ਜਦ ਇਹ ਮਿਲੀਟੈਂਸੀ ਖਤਮ ਹੋਈ ਤੇ ਉਸ ਸਮੇਂ ਉਹ ਹਿੰਦੁਸਤਾਨ ਆਏ ਵਾਪਸ ਆ ਕੇ ਉਹਨਾਂ ਦੀ ਇੰਟੈਰੋਗੇਸ਼ਨ 'ਚ ਉਹਨਾਂ ਨੇ ਖੁਦ ਕਬੂਲ ਕੀਤਾ ਹੈਗਾ ਦੀਜ਼ ਆਰ ਅਵੇਲੇਬਲ ਨਾਓ ਔਨ 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 ਨੈਟ ਐਜ਼ ਵੈਲ ਐਜ਼ ਇਨ ਪਬਲਿਸ਼ਡ ਫਾਰਮ ਦੇ ਵਿੱਚ ਕਿ ਪਾਕਿਸਤਾਨ ਨੇ ਸਾਡਾ ਬੇਵਕੂਫ ਬਣਾਇਆ ਓਕੇ ਦੀਜ਼ ਵਰਡ ਵਰਡਸ ਯੂਜ਼ਡ ਬਾਈ ਦੈਮ ਔਰ ਤੁਹਾਨੂੰ ਹੋਰ ਦੱਸਦੇ ਹਾਂ ਕਿ ਪਾਕਿਸਤਾਨ 'ਚ ਜਿਹੜੇ ਮਿਲੀਟੈਂਟ ਬੈਠੇ ਸੀਗੇ ਜਦ ਇਹ ਮਿਲੀਟੈਂਸੀ ਖਤਮ ਹੋਣ ਵਾਲੀ ਸੀਗੀ ਉਸ ਸਮੇਂ ਉਹਨਾਂ ਨੂੰ ਆਪਸ਼ਨ ਦਿੱਤੀ ਪਾਕਿਸਤਾਨ ਨੇ ਵੀ ਤੁਸੀਂ ਇੱਥੇ ਰਹਿਣਾ ਇੱਥੇ ਰਹੀ ਚੱਲੋ ਬਾਹਰ ਜਾਣਾ ਬਾਹਰ ਚਲੇ ਜਾਓ ਤੇ ਹਿੰਦੁਸਤਾਨ ਵਾਪਸ ਜਾਣਾ ਹਿੰਦੁਸਤਾਨ ਵਾਪਸ ਚਲੇ ਜਾਓ ਔਰ ਜਿਹੜੇ ਬਾਹਰਲੇ ਮੁਲਕਾਂ 'ਚ ਗਏ ਉਹਨਾਂ ਨੂੰ ਪਾਕਿਸਤਾਨ ਨੇ ਫਾਲਸ ਆਈਡੈਂਟੀ ਕ੍ਰੀਏਟ ਕਰਕੇ ਉਹ ਯੂਰਪ 'ਚ ਜਾਂ ਦੂਜੇ ਮੁਲਕ ਉਹ ਗਏ ਔਰ ਇਹ ਵੀ ਮੈਂ ਤੁਹਾਨੂੰ ਦੱਸਾਂ ਮੈਂ ਆਪਣੀ ਕਿਤਾਬ ਦੇ ਵਿੱਚ ਖੁਲਾਸਾ ਕੀਤਾ ਇਸ ਗੱਲ ਦਾ ਕਿ ਜਦ ਬੇਨਜ਼ੀਰ ਭੁੱਟੋ ਬਣੀ ਸੀਗੀ ਪ੍ਰਾਈਮ ਮਿਨਿਸਟਰ ਉਦੋਂ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਸੀਗੇ ਔਰ ਸਾਰਕ ਦੀ ਮੀਟਿੰਗ ਦੇ ਲਈ ਉਹ
आई थिंक 1989 ਦੇ ਵਿੱਚ ਉਹ ਪਾਕਿਸਤਾਨ ਗਏ ਸੀਗੇ ਜੀ ਜੀ ਔਰ ਉਦੋਂ ਦੋਨਾਂ ਦੀ ਇੱਕ ਅੰਡਰਸਟੈਂਡਿੰਗ ਹੋ ਗਈ ਸੀਗੀ ਕਿ ਪਾਕਿਸਤਾਨ ਸਿੱਖ ਮਿਲੀਟੈਂਸੀ ਨੂੰ ਖਤਮ ਕਰਨ ਦੇ ਵਿੱਚ ਹਿੰਦੁਸਤਾਨ ਦੀ ਮਦਦ ਕਰੇਗਾ ਔਰ ਰਾਜੀਵ ਗਾਂਧੀ ਨੇ ਉਹਨਾਂ ਨੂੰ ਕੁਡ ਪ੍ਰੋ ਕੋਚ ਕਿਹਾ ਕਿ ਸਾਈਚਨ ਗਲੇਸ਼ੀਅਰ ਦੇ ਵਿੱਚ ਆਰਮੀ ਜਿਹੜੀ ਉਹ ਕੁਝ ਵਿਦਡਰਾਅ ਕਰੇਗੀ ਔਰ ਬੇਨਜ਼ੀਰ ਭੁੱਟੋ ਹੈਜ਼ ਗੋਨ ਔਨ ਰਿਕਾਰਡ ਇਟਸ ਆਲ ਰਿਕਾਰਡਡ ਨਾਓ ਵੈਲ ਰਿਪੋਰਟਡ ਇਨ ਦ ਪ੍ਰੈਸ ਕਿਤਾਬਾਂ ਵੀ ਇਹਦੇ ਉੱਤੇ ਸ਼ੀ ਕਲੇਮ ਕਿ ਵੀ ਮੈਂ ਸਾਰੀ ਇਨਫੋਰਮੇਸ਼ਨ ਉਹ ਹਿੰਦੁਸਤਾਨ ਨੂੰ ਦਿੱਤੀ ਸੀਗੀ ਔਰ ਲੇਕਿਨ ਮੇਰੀ ਜੋ ਮੈਨੂੰ ਪ੍ਰੋਮਿਸ ਕੀਤਾ ਸੀ ਰਜੀਵ ਨੇ ਉਹ ਉਹਨੇ ਬਾਅਦ ਚ ਆਨਰ ਨਹੀਂ ਕੀਤਾ ਤੋ ਇਹ ਦੇਖੋ ਇਹ ਜਿਹੜੀਆਂ ਸਿਚੁਏਸ਼ਨਸ ਹੁੰਦੀਆਂ ਨੇ ਬੜੀਆਂ ਕੰਪਲੈਕਸ ਨੇ ਇੰਟਰਨੈਸ਼ਨਲ ਰਿਲੇਸ਼ਨਸ ਵੀ ਬੜੇ ਕੰਪਲੈਕਸ ਜੀ ਬਿਲਕੁਲ ਦੇ ਚੇਂਜ ਵਿਦ ਟਾਈਮ ਐਬਸੋਲੂਟਲੀ ਨੋ ਡਾਊਟ ਅਬਾਊਟ ਇਟ ਸੋ ਤੁਹਾਨੂੰ ਉਸ ਸਮੇਂ ਫਿਰ ਇਹੀ ਸੀ ਕਿ ਜੀ ਇਹ ਛੋਟੇ ਛੋਟੇ ਗੈਂਗਸ ਹੈਗੇ ਨੇ ਅਤੇ ਆਟੋਮੈਟਿਕਲੀ ਉਸ ਤੋਂ ਬਾਅਦ ਮਿਸਟਰ ਰਬੇਰੀਓ ਆਏ ਕੇ ਪੀ ਐੱਸ ਗਿੱਲ ਆਏ ਸਿਧਾਰ ਸ਼ੰਕਰ ਰੇ ਜਦੋਂ ਬਣੇ ਪੰਜਾਬ ਦੇ ਵਿੱਚ ਪਰ ਉਸ ਤੋਂ ਨਾਲ ਨਾਲ ਇਹ ਹੋ ਗਿਆ ਸੀ ਵੁੱਡਰੋਜ਼ ਅਤੇ ਜਿਹੜਾ ਬਲੈਕ ਥੰਡਰ ਹੋ ਗਿਆ ਫਸਟ ਐਂਡ ਸੈਕਿੰਡ ਇਹ ਕਿਸ ਤਰ੍ਹਾਂ ਫਿਰ ਦੁਬਾਰਾ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਹੈਗਾ ਇਹ ਬੰਦੇ ਪਹੁੰਚ ਗਏ ਕਿ ਐਡਮਿਨਿਸਟ੍ਰੇਸ਼ਨ ਵਾਜ਼ ਨੋਟ ਐਕਸਪੈਕਟਿੰਗ ਦਿਸ ਔਰ ਦਿਸ ਆਲਸੋ ਵਾਜ਼ ਪਲਾਂਟਡ ਦੇਖੋ ਜੀ ਬਲੈਕ ਥੰਡਰ 1 ਦੇ ਬਾਰੇ ਤੇ ਮੈਂ ਤੁਹਾਨੂੰ ਦੱਸ ਸਕਦਾ ਹਾਂਗਾ ਆਈ ਵਾਜ਼ ਸਟਿਲ ਇਨ ਅੰਮ੍ਰਿਤਸਰ ਜੋ ਮੈਂ ਤੁਹਾਨੂੰ ਦੱਸਿਆ ਵੀ ਅਪ੍ਰੈਲ 1986 ਦੇ ਵਿੱਚ ਜਦ ਖਾਲਿਸਤਾਨ ਡਿਕਲੇਅਰ ਕੀਤਾ ਪੰਥਕ ਕਮੇਟੀ ਨੇ ਦਰਬਾਰ ਸਾਹਿਬ ਤੋਂ ਜੀ ਤੇ ਉਸ ਸਮੇਂ ਪਹਿਲਾ ਰਿਐਕਸ਼ਨ ਗਵਰਨਮੈਂਟ ਦਾ ਇਹ ਸੀਗਾ ਕਿ ਕੋਈ ਲੋੜ ਨਹੀਂ ਹੈਗੀ ਐਕਟ ਕਰਨ ਦੀ ਕਿਉਂਕਿ ਉਹ ਪੰਜੋ ਪੰਥਕ ਮੈਂਬਰ ਜਿਹੜੇ ਸੀਗੇ ਕਮੇਟੀ ਦੇ ਉਹ ਪ੍ਰੈਸ ਨੂੰ ਕਿਹਾ ਵੀ ਤੁਸੀਂ ਨਹੀਂ ਬਾਹਰ ਜਾਓਗੇ ਇੱਥੇ ਬੈਠੋ ਉਹਨਾਂ ਨੂੰ 15 ਮਿੰਟ ਤੁਸੀਂ ਹਿੱਲਣਾ ਨੀਗਾ ਔਰ ਉਹ ਕਮਰੇ ਚੋਂ ਨਿਕਲ ਕੇ ਕਰਾਊਡ ਚ ਡਿਸਅਪੀਅਰ ਹੋ ਗਏ ਸੀਗੇ ਸੋ ਕਿਸੇ ਐਕਸ਼ਨ ਕਰਨ ਦਾ ਕੋਈ ਫਾਇਦਾ ਨਹੀਂ ਸੀ ਹੋਣਾ ਉਹ ਫੜੇ ਨਹੀਂ ਸੀ ਜਾ ਸਕਦੇ ਬਿਕੋਜ਼ ਦੇ ਹੈਡ ਆਲਰੇਡੀ ਲੈਫਟ ਦਰਬਾਰ ਸਾਹਿਬ ਐਂਡ ਦੈਟ ਇਜ਼ ਵਾਈ ਦਿਨ ਦੇ ਟਾਈਮ ਦੇ ਉੱਤੇ ਡਿਸੀਜਨ ਲਿਆ ਗਿਆ ਸੀਗਾ ਪੰਜਾਬ ਗਵਰਨਮੈਂਟ ਵੱਲੋਂ ਚੰਡੀਗੜ੍ਹ ਤੋਂ ਡਿਸੀਜਨ ਆਇਆ ਕਿ ਕੋਈ ਇਹਦੇ 'ਤੇ ਐਂਟਰੀ ਕਰਨ ਦੀ ਦਰਬਾਰ ਸਾਹਿਬ 'ਚ ਜਾਂ ਸਰਚ ਐਂਡ ਸੀਜ਼ਰ ਕਰਨ ਦੀ ਲੋੜ ਨਹੀਂ ਹੈ ਲੇਕਿਨ ਲੇਟ ਨਾਈਟ ਦੇ ਵਿੱਚ ਮੈਸੇਜ ਆਇਆ ਕਿ ਸੀਐਮ ਸਾਹਿਬ ਅੰਮ੍ਰਿਤਸਰ ਪਹੁੰਚ ਰਹੇ ਨੇ ਸਰਦਾਰ ਸੁਰਜੀਤ ਸਿੰਘ ਬਰਨਾਲਾ ਤੇ ਉਹਨਾਂ ਦੇ ਨਾਲ ਇੱਕ ਕੇਂਦਰੀ ਮੰਤਰੀ ਉਸ ਟਾਈਮ ਅਰੁਣ ਸਿੰਘ ਜੀ ਤੇ ਅਰਜੁਨ ਸਿੰਘ ਜੀ ਵੀ ਸੀਗੇ ਨਾਲ ਇਹ ਆਏ ਬਰਨਾਲਾ ਸਾਹਿਬ ਦਿੱਲੀ ਗਏ ਹੋਏ ਸੀਗੇ ਉਦੋਂ ਇੱਕ ਮੀਟਿੰਗ ਲਈ ਤੇ ਜੋ ਪਤਾ ਲੱਗਿਆ ਫਿਰ ਕਿ ਵੀ ਪ੍ਰਾਈਮ ਮਿਨਿਸਟਰ ਨੇ ਉਹਨਾਂ ਤੇ ਪ੍ਰੈਸ਼ਰ ਪਾਇਆ ਵੀ ਤੁਸੀਂ ਐਂਟਰ ਕਰੋ ਦਰਬਾਰ ਸਾਹਿਬ ਦੇ ਵਿੱਚ ਤੋ ਆ ਕੇ ਉਹਨਾਂ ਨੇ ਫਿਰ ਆਦੇਸ਼ ਦਿੱਤੇ ਅੰਮ੍ਰਿਤਸਰ ਕਿ ਵੀ ਦਰਬਾਰ ਸਾਹਿਬ ਦੀ ਸਰਚ ਕੀਤੀ ਜਾਵੇ ਤੇ ਐਨ ਐਸ ਜੀ ਜਿਹੜੀ ਸੀ ਦਿੱਲੀਓਂ ਭੇਜੀ ਗਈ ਤੇ ਨੈਕਸਟ ਡੇ 30 ਤਰੀਕ ਨੂੰ ਬਲੈਕ ਥੰਡਰ 1 ਜਿਹੜਾ ਹੈ ਉਹ ਓਪਰੇਸ਼ਨ ਐਕਸੀਕਿਊਟ ਕੀਤਾ ਐਨ ਐਸ ਜੀ ਨੇ ਸੋ ਇਹ ਇਹ ਇਹਦੇ 'ਚ ਹਿਸਟੋਰੀਅਨਸ ਇਹਨੂੰ ਇਸ ਤਰ੍ਹਾਂ ਇੰਟਰਪ੍ਰੇਟ ਕਰਦੇ ਨੇ ਕਿ ਉਸ ਸਮੇਂ ਦੀ ਜੋ ਕੇਂਦਰੀ ਸਰਕਾਰ ਸੀਗੀ ਕਾਂਗਰਸ ਦੀ ਉਹ ਇਹਨੂੰ ਬਲੂ ਸਟਾਰ ਨੂੰ ਵੈਲੀਡੇਟ ਕਰਾਉਣਾ ਚਾਹੁੰਦੀ ਸੀਗੀ ਅਕਾਲੀ ਦਲ ਤੋਂ ਐਂਡ ਦੈਟ ਇਜ਼ ਵਾਈ ਦੇ ਫੋਰਸਡ ਬਰਨਾਲਾ ਸਾਹਿਬ ਨੂੰ ਕਿ ਵੀ ਤੁਸੀਂ ਜਾ ਕੇ ਪਰਸਨਲੀ ਆਰਡਰ ਕਰਕੇ ਆਓ ਰਾਈਟ ਸੋ ਹਾਲਾਤ ਉਸ ਤੋਂ ਬਾਅਦ ਜੋ ਕਿਹਾ ਜਾਂਦਾ ਜੀ ਕਿ ਪੰਜਾਬ ਦੇ ਵਿੱਚ ਜਿਹੜੀ ਮਿਲੀਟੈਂਸੀ ਖਤਮ ਹੋਈ ਉਹਦੇ ਵਿੱਚ ਕਿਹਾ ਜਾਂਦਾ ਕਿ ਜਿਹੜੀਆਂ ਪੁਲਿਸ ਨੇ ਐਕਸਟਰਾ ਜੁਡੀਸ਼ੀਅਲ ਜੋ ਐਕਟੀਵਿਟੀਜ਼ ਵਿੱਚ ਪਾਰਟੀਸਪੇਟ ਕਰਕੇ ਮਾਰਿਆ ਲੋਕਾਂ ਨੂੰ ਉਸ ਤੋਂ ਬਾਅਦ ਡਰ ਫੈਲ ਗਿਆ ਥੋੜ੍ਹਾ ਜਿਹਾ ਇਸ ਨੂੰ ਟੱਚ ਕਰ ਲੈਂਦੇ ਜੀ ਇਫ ਯੂ ਬਿਕੋਜ਼ ਜੋ ਤੁਸੀਂ ਸੀ ਉਸ ਸਮੇਂ ਵਾਜ਼ ਮਿਸਟਰ ਕੇ ਪੀ ਐੱਸ ਗਿੱਲ ਦੇਅਰ ਔਰ ਵਾਜ਼ ਮਿਸਟਰ ਰਬੇਰੀਓ ਓਨਲੀ ਦੇਅਰ ਐਂਡ ਸਿਧਾਰ ਸ਼ੰਕਰ ਰੇ ਵੀ ਜਦੋਂ ਆਏ ਉਸ ਤੋਂ ਬਾਅਦ ਕਮਿਊਨਿਟੀਜ਼ ਨਾਲ ਪੈਚਅਪ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਬਹੁਤ ਸਾਰੇ ਉਸ ਸਮੇਂ ਅਸੀਂ ਦੇਖਿਆ ਕਿ ਜਿਹੜੇ ਟੈਰਰਿਸਟ ਨੇ ਉਹ ਆਤਮ ਸਮਰਪਣ ਵੀ ਕਰਦੇ ਹੈਗੇ ਸੀ ਅਤੇ ਹੋਰ ਬਹੁਤ ਕੁਝ ਚੱਲਦਾ ਹੈਗਾ ਸੀ ਸੋ ਇਸ ਐਸਪੈਕਟ ਨੂੰ ਤੁਸੀਂ ਜਿਹੜਾ ਮਿਲੀਟੈਂਸੀ ਪੰਜਾਬ 'ਚ ਖਤਮ ਹੋਈ ਕਿੰਨਾ ਕੁ ਵੱਡਾ ਰੋਲ ਸੀ ਜੋ ਇਹ ਪੰਜਾਬ ਪੁਲਿਸ ਨੇ ਉੱਥੇ ਖੇਡਿਆ ਜਾਂ ਫੌਜ ਨੇ ਖੇਡਿਆ ਇਸ ਤਰ੍ਹਾਂ ਜੀ ਕਿ ਮੈਂ 87 'ਚ ਅੰਮ੍ਰਿਤਸਰੋਂ ਤਾਂ ਵਾਪਸ ਆ ਗਿਆ ਸੀਗਾ ਲੇਕਿਨ ਪੰਜਾਬ 'ਚ ਹੀ ਸੀ ਚੰਡੀਗੜ੍ਹ ਸੀਗਾ ਜਾਂ ਫਿਰੋਜ਼ਪੁਰ ਡਿਵੀਜ਼ਨਲ ਕਮਿਸ਼ਨਰ ਰਿਹਾ ਤੋ ਪੁਲਿਸ ਦੀ ਜੋ ਵੀ ਕਾਰਵਾਈ ਹੋਈ ਉਹ ਮੈਂ ਆਪਣੇ ਕਿਤਾਬ ਦੇ ਵਿੱਚ ਬੜੀ ਡਿਟੇਲਡ ਬਿਆਨ ਕੀਤਾ ਜੀ ਔਰ ਉਹਦੇ ਵਿੱਚ ਐਕਸਟੈਂਸਿਵਲੀ ਮੈਂ ਕੋਟ ਵੀ ਕੀਤਾ ਇੱਕ ਕਿਰਪਾਲ ਸਿੰਘ ਢਿੱਲੋਂ ਮੱਧ ਪ੍ਰਦੇਸ਼ ਕਾਡਰ ਦੇ ਸੀ ਉਹਨਾਂ ਨੂੰ ਪੰਜਾਬ ਦਾ ਡੀ ਜੀ ਪੀ ਲਾਇਆ ਗਿਆ ਸੀਗਾ ਇਮੀਡੀਏਟਲੀ ਆਫਟਰ ਬਲੂ ਸਟਾਰ ਪ੍ਰੀਤਮ ਸਿੰਘ ਪਿੰਡਰ ਜਿਨ੍ਹਾਂ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਉਹ ਆਈ ਜੀ ਪੀ ਸੀਗੇ ਜੀ ਉਹਨਾਂ ਸਰ ਕਿਰਪਾਲ ਸਿੰਘ ਢਿੱਲੋਂ ਨੂੰ ਲਿਆਂਦਾ ਗਿਆ ਔਰ ਉਹਨਾਂ ਨੇ ਬੜੇ ਡਿਟੇਲ 'ਚ ਓਨੈਸਟਲੀ ਜੋ ਐਕਸੈਸਿਸ ਹੋਈਆਂ ਨੇਗੀਆਂ ਉਹਨਾਂ ਦਾ ਬਿਆਨ ਕੀਤਾ ਹੈਗਾ ਇਹਦੇ 'ਚ ਬੜੀ ਡਾਕੂਮੈਂਟਡ ਹੈਗੀ ਹੈ
जी की होया कि नहीं, और वो डिटेल्स जिहड़ियां नेगियां मैं रेफर कीतियां ने बुक्स दे विच, अपनी किताब दे विच। जिथे तक रबेरो साहब का हैगा ताल्लुक, वह मेरे समय आ गए थे जब मैं डीसी सीगा। केपीएस गिल उस समय आई जी सीआरपीएफ सीगे, राइट, बाद लेकिन वो डीजीपी बने नेगे। पंजाब पुलिस की मिलीटेंसी नूं कंट्रोल करन दा बड़ा वड्डा रोल रहा अल्टीमेटली, तो उन्होंने ही जिहड़ा है मिलीटेंसी नूं खत्म किया। बट इहदे कई फैक्टर सीगे मिलीटेंसी दे खत्म होण दे। एक ते कुछ तकनीकी खराबी कारण जी तुहाडा कनैक्शन टुट गया सी रमेश इंदर सिंह जी, सो यू आर टेलिंग कि देयर वर मेनी फैक्टर्स, बहुत सारे फैक्टर्स हैगे सी जी। सो रबेरियो दा तुसीं दस रहे सी जी, रबेरियो दा जी, एक इस तरह जी कई फैक्टर सीगे। एक ते फॉर एग्जांपल एलीनेशन हो गई सी कॉमन मैन दी फ्रॉम मिलिटेंसी, मिलिटेंट्स ने एक्सेसेस कमिटेड करनी शुरू कर दित्तियां, पिंडां च लुट खो हो गई, ज्यादतियां शुरू हो गई। जे तुसीं देखो एक इहनूं क्रिमिनल मूवमेंट, उहदे च हर किस्म दे अंसर जिहड़े सीगे, स्मगलर्स, ओल्ड क्रिमिनल्स, वो एंटर हो गए सीगे, राइट। तो उहदे नाल फ्रैश रिक्रूटमेंट जिहड़ी सीगी उहो, बिकॉज दे लॉस सिंपथी, जे कोई सीगी पंजाब च माड़ी मोटी, पहली गल तां सी, मैं कहांगा सिंपथी है ही नहीं सी, पर जिहड़ी माड़ी मोटी सीगी उह वी खत्म हो गई। सो न्यू रिक्रूटमेंट स्टॉप्ड, पुलिस केम विद ए हैवी हैंड ऑन दैम, एंड अल्टीमेटली ए बाई अट्रीशन जिहड़ा हैगा उह मूवमेंट खत्म हो गई। ओके रमेश इंदर सिंह जी, लेट्स गो फॉर अ शॉर्ट ब्रेक, वी विल बी बैक इन द लास्ट सेगमेंट। What lessons have been learned from all this? ਤੁਸੀਂ ਕੌਨਫਲਿਕਟ ਰੈਜ਼ੋਲੂਸ਼ਨ ਦੀ ਜਿਹੜੀ ਗੱਲ ਕੀਤੀ ਹੈਗੀ ਸੀ ਕਿ ਅੱਜ ਵੀ ਉਹੀ ਮੁੱਦੇ ਜਿਹੜੇ ਉਸ ਸਮੇਂ ਸਨ 38 ਸਾਲ ਪਹਿਲਾਂ, ਉਹਨਾਂ ਦੇ ਉੱਤੇ ਅੱਜ ਵੀ ਪੰਜਾਬ ਖਲੋਤਾ ਹੋਇਆ। ਮਿਲੀਟੈਂਸੀ ਸੀ, ਖਾਲਿਸਤਾਨ ਮੂਵਮੈਂਟ ਨਹੀਂ ਸੀ, ਲੇਕਿਨ ਖਾਸ ਤੌਰ 'ਤੇ ਬਾਹਰਲੇ ਮੁਲਕਾਂ 'ਚ, ਕੈਨੇਡਾ ਵਿੱਚ ਵੀ ਇਹ ਇਸ ਦੇ ਬਾਰੇ ਬਹੁਤ ਚਰਚਾ ਹੁੰਦੀ ਹੈ। ਖਾਲਿਸਤਾਨ ਮੂਵਮੈਂਟ, ਰੈਫਰੈਂਡਮ ਦੀ ਗੱਲ ਚੱਲ ਰਹੀ ਹੈ, ਹੋਰ ਬਹੁਤ ਕੁਝ ਚੱਲ ਰਿਹਾ। ਬਟ ਬੇਸਿਕਲੀ ਪੰਜਾਬ ਦੇ ਲੋਕ ਕੀ ਚਾਹੁੰਦੇ ਹੈਗੇ ਨੇ, ਪੰਜਾਬ ਦੇ ਲੋਕਾਂ ਦੇ ਵਿੱਚ ਕੀ ਹੈ ਇਹਨਾਂ ਇਸ਼ੂਜ਼ ਦੇ ਉੱਤੇ ਕਹਿਣੀ, ਸੋਚਣੀ, ਇਹਨਾਂ ਇਸ਼ੂਜ਼ ਉੱਤੇ ਤੁਹਾਡੇ ਤੋਂ ਜਾਣਕਾਰੀ ਲੈਣੇ ਆ। ਵਿਲ ਬੀ ਸ਼ਾਰਟਲੀ ਬੈਕ ਐਂਡ ਲਰਨ ਮੋਰ। ਜ਼ਰੂਰ ਜੀ। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 604-825-9295। जे किसी बिजनेसमैन नु कोई प्यार करदा तो की वजह हो सकदी है? सुखी भाट मोटर्स दे ओनर सुखी भाट नु वेख के ए गल समझ आ जांदी है। इंटेलिजेंस दा उदाहरण ए है कि कार सेगमेंट तो वख सुखी भाट मोटर्स लेके आए ने सरी दा पहला ट्रक सेंटर, जिथे तुहाडे लोड दे हिसाब नाल तुहानू लोड़ींदे ट्रक्स बारे गाइडेंस दित्ती जांदी है। स्पेस मॉडिफिकेशन ते फ्यूल एफिशिएंसी सब नु ध्यान विच रख्या जांदा है। सुखी भाट ट्रक सेंटर इना ट्रका नाल ही है टोर। ਵੈਨਕਾਸਾ ਟਾਈਲ ਅਤੇ ਸਟੋਨ ਸ਼ੋਰੂਮ ਇੱਕ ਐਸੀ ਥਾਂ ਹੈ ਜਿੱਥੇ ਤੁਹਾਨੂੰ ਹੋਲਸੇਲ ਕੀਮਤਾਂ ਤੇ ਹਰ ਕਿਸਮ ਦੀਆਂ ਟਾਈਲਸ, ਸਟੋਨ, ਮਾਰਬਲ, ਬੈਕਸਪਲੈਸ਼, ਮੋਜ਼ੇਕ ਆਦਿ ਵਾਜਬ ਕੀਮਤਾਂ ਤੇ ਮਿਲ ਸਕਦਾ ਹੈ। ਇਟਾਲੀਅਨ, ਸਪੈਨਿਸ਼, ਚਾਈਨੀਜ਼ ਪੋਰਸਲੇਨ ਜਾਂ ਸਿਰਾਮਿਕ ਟਾਈਲਸ ਜਾਂ ਮਾਰਬਲ ਸਪੈਸ਼ਲ ਆਰਡਰ ਤੇ ਜਾਂ ਕਲੀਅਰੈਂਸ ਤੇ ਲੈ ਸਕਦੇ ਹੋ। ਮਾਲਕ ਡਾਇਰੈਕਟ ਟਾਈਲਸ ਇੰਪੋਰਟ ਕਰਦੇ ਹਨ, ਜਿਸ ਕਰਕੇ ਵਧੀਆ ਕੁਆਲਿਟੀ ਦਾ ਸਮਾਨ ਤੁਸੀਂ ਆਪਣੇ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ। ਅੱਜ ਹੀ ਵਿਜ਼ਿਟ ਕਰੋ 1304284 ਐਵਨਿਊ ਸਰੀ। ਪੰਜਾਬੀ ਹਿੰਦੀ ਵਿੱਚ ਗੱਲ ਕਰਨ ਲਈ ਕਾਲ ਕਰੋ 604-330-7363 604-330-7363। ਹਰ ਇੱਕ NRI ਪੰਜਾਬੀ ਦੀ ਇਹ ਚਾਹ ਹੁੰਦੀ ਹੈ ਕਿ ਉਹ ਅੰਮ੍ਰਿਤਸਰ ਜ਼ਰੂਰ ਆਵੇ, ਇੱਥੇ ਆ ਕੇ ਮੱਥਾ ਉਹ ਟੇਕਦਾ ਹੀ ਹੈ। ਐਂਡ ਆਫਕੋਰਸ ਅੰਮ੍ਰਿਤਸਰ ਜੇ ਆਈਏ ਤਾਂ ਸ਼ੋਪਿੰਗ ਨਾ ਕਰੀਏ, ਇਹ ਤਾਂ ਆਫਕੋਰਸ ਸੰਭਵ ਹੀ ਨਹੀਂ ਹੈ। ਪਰ ਹੁਣ ਸਾਡੇ ਵਾਸਤੇ ਸਾਰਿਆਂ ਹੀ ਰਾਹੀਂ ਇੱਕ ਖੁਸ਼ਖਬਰੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਮਾਲ ਰੋਡ ਦੇ ਉੱਤੇ ਇੱਕ ਬਹੁਤ ਹੀ ਵਧੀਆ ਸਟੋਰ ਜਿਸ ਦਾ ਨਾਂ ਹੈ ਅਨਿਲ ਸਟੋਰ, ਉਹ ਖੁੱਲ ਚੁੱਕਿਆ ਹੈ, ਜਿੱਥੇ ਕਿ ਲੇਡੀਜ਼, ਜੈਂਟਸ ਅਤੇ ਬੱਚਿਆਂ ਦੇ ਤੁਸੀਂ ਸਟਿਚਡ ਅਤੇ ਅਨਸਟਿਚ ਕੱਪੜੇ ਖਰੀਦ ਸਕਦੇ ਹੋ। ਸੋ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਖਾਸ ਤੌਰ ਉੱਤੇ ਜਿਹੜਾ ਮੇਰਾ ਪ੍ਰੋਗਰਾਮ ਦੇਖਦੇ ਹੈਗੇ ਨੇ ਕਿ ਜਦੋਂ ਵੀ ਅੰਮ੍ਰਿਤਸਰ ਆਓ ਤਾਂ ਇੱਥੇ ਆ ਕੇ ਜ਼ਰੂਰ ਸ਼ਾਪਿੰਗ ਕਰੋ ਅਤੇ ਬਹੁਤ ਹੀ ਵਧੀਆ ਕੀਮਤਾਂ ਤੇ ਤੁਹਾਨੂੰ ਇਹ ਸਾਰੇ ਚੀਜ਼ਾਂ ਮਿਲ ਸਕਦੀਆਂ ਨੇ। ਹੇਠ ਲਿਖੇ ਐਡਰੈਸ ਅਤੇ ਫੋਨ ਤੇ ਤੁਸੀਂ ਫੋਨ ਵੀ ਕਰ ਸਕਦੇ ਹੋ ਕਿ ਜੇਕਰ ਅੰਮ੍ਰਿਤਸਰ ਨਹੀਂ ਆ ਰਹੇ, ਈਵਨ ਕੈਨੇਡਾ ਵਿੱਚ ਰਹਿੰਦੇ ਹੋਏ ਵੀ ਤੁਸੀਂ ਇਹਨਾਂ ਨੂੰ ਫੋਨ ਕਰੋ ਅਤੇ ਇਹ ਤੁਹਾਨੂੰ ਆਨਲਾਈਨ ਸ਼ਾਪਿੰਗ ਵੀ ਕਰਵਾ ਸਕਦੇ ਹੋ। Once again, welcome back to the program. This program is being brought to you with the support of AMC Insurance.
If you're looking for home, auto, travel, business, life or recreational insurance, they have 9 branches in the Lower Mainland and they're open 7 days a week from 9 a.m. till 9 p.m. For more information, call 604-507-6666. ਸਾਡੇ ਅਗਲੇ ਸਹਿਯੋਗੀ ਹਨ ਅਗਨੀਹੋਤਰੀ ਇਮੀਗ੍ਰੇਸ਼ਨ ਕੰਸਲਟਿੰਗ ਟੈਂਪਰੇਰੀ ਸਟੇਟਸ ਪੀ ਆਰ ਨਵੇਂ ਹੋ ਕੈਨੇਡਾ ਵਿੱਚ ਕੈਨੇਡਾ ਆਉਣਾ ਚਾਹੁੰਦੇ ਹੋ ਇੰਟਰਨੈਸ਼ਨਲ ਸਟੂਡੈਂਟ ਹੋ ਸਿਟੀਜ਼ਨਸ਼ਿਪ ਬਾਰੇ ਗੱਲਬਾਤ ਕਰਨੀ ਹੈ ਹਾਇਰ ਕਰਨੇ ਫੋਰਨ ਵਰਕਰਸ ਐਕਸਪ੍ਰੈਸ ਐਂਟਰੀ ਬਾਰੇ ਗੱਲਬਾਤ ਕਰਨੀ ਹੈ ਸਪੋਂਸਰ ਕਰਨੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਤੁਹਾਡੀ ਮਦਦ ਕਰ ਸਕਦੇ ਨੇ ਨੀਰਾ ਅਗਨੀਹੋਤਰੀ ਜੋ ਕਿ 2006 ਤੋਂ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਵਜੋਂ ਕੰਮ ਕਰ ਰਹੇ ਨੇ ਹੋਰ ਜਾਣਕਾਰੀ ਲਈ ਕਾਲ ਕਰੋ 604-597-2284 604-597-2284 ਅੱਜ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ 'ਤੇ ਗੱਲਬਾਤ ਕਰ ਰਹੇ ਹਾਂ 38 ਸਾਲ ਪਹਿਲਾਂ ਜੋ ਪੰਜਾਬ ਵਿੱਚ ਹੋਇਆ ਉਸਦੇ ਆਈ ਵਿਟਨੈਸ ਰਮੇਸ਼ ਇੰਦਰ ਸਿੰਘ ਜੀ ਜਿਹੜੇ ਉਸ ਸਮੇਂ ਅੰਮ੍ਰਿਤਸਰ ਦੇ ਵਿੱਚ ਡੈਪਟੀ ਕਮਿਸ਼ਨਰ ਹੋਇਆ ਕਰਦੇ ਸੀ ਅਤੇ ਬਾਅਦ ਦੇ ਵਿੱਚ ਚੀਫ ਸੈਕਟਰੀ ਵਜੋਂ ਰਿਟਾਇਰ ਹੋਏ ਇਹਨਾਂ ਨੇ ਅੱਜ ਇੱਕ ਕਿਤਾਬ ਲਿਖੀ ਹੈ ਜਿਸ ਦੇ ਬਾਰੇ ਅਸੀਂ ਚਰਚਾ ਕਰ ਰਹੇ ਹਾਂ ਅਤੇ ਇਸ ਕਿਤਾਬ ਦੇ ਵਿੱਚ ਇਹਨਾਂ ਨੇ 78 ਆਨਵਰਡਸ ਦਾ ਪੀਰੀਅਡ ਜੋ ਇਸ ਨੂੰ ਕਵਰ ਕਰਕੇ ਕਈ ਐਸੇ ਤੱਥ ਲਿਆਉਂਦੇ ਨੇ ਜਿਨ੍ਹਾਂ ਤੋਂ ਲੋਕਾਂ ਨੂੰ ਨਹੀਂ ਪਤਾ ਅਜੇ ਵੀ ਕਿ ਉੱਥੇ ਕੀ ਕੁਝ ਹੋਇਆ ਸੀ ਸੋ ਉਸੇ ਸੰਬੰਧ ਵਿੱਚ ਆਓ ਕੁਝ ਹੋਰ ਗੱਲਬਾਤ ਕਰਦੇ ਹਾਂ ਇਸ ਲਾਸਟ ਸੈਗਮੈਂਟ ਵਿੱਚ ਅਤੇ ਜਾਣਕਾਰੀ ਲੈਂਦੇ ਹਾਂ ਸੋ ਰਮੇਸ਼ ਇੰਦਰ ਸਿੰਘ ਜੀ ਇਹ ਜੋ ਕੁਝ ਹੋਇਆ ਇੱਕ ਮਿਲੀਟੈਂਸੀ ਸੀ ਇਸ ਨੂੰ ਖਾਲਿਸਤਾਨ ਮੂਵਮੈਂਟ ਦਾ ਨਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਜ ਵੀ ਅੱਜ ਰੈਫਰੈਂਡਮ ਦੀ ਗੱਲ ਚੱਲ ਰਹੀ ਹੈ ਅਤੇ ਬਾਹਰਲੇ ਬੈਠੇ ਮੁਲਕਾਂ ਦੇ ਵਿੱਚ ਅਸੀਂ ਲੋਕ ਜਿਹੜੇ ਨੇ ਉਹ ਸਮਝਦੇ ਨੇ ਕਿ ਅੱਜ ਵੀ ਅਤਿਆਚਾਰ ਹੋ ਰਿਹਾ ਪੰਜਾਬੀਆਂ ਦੇ ਉੱਤੇ ਸਿੱਖਾਂ ਦੇ ਉੱਤੇ ਬਲਕਿ ਪੰਜਾਬ ਦੇ ਵਿੱਚ ਵਾਟ ਵੁੱਡ ਯੂ ਲਾਈਕ ਟੂ ਸੇ ਵਾਟ ਲੈਸਨਸ ਹੈਵ ਬੀਨ ਲਰਨ ਬਾਏ ਦਾ ਗਵਰਮੈਂਟਸ ਔਰ ਬਾਏ ਦਾ ਸਿੱਖ ਕਮਿਊਨਿਟੀ ਫਰੋਮ ਦਿਸ ਇੰਸੀਡੈਂਟ ਦੈਟ ਹੈਪਨ 38 ਡੇਜ਼ ਅਗੋ ਦੇਖੋ ਜੀ ਇਹ ਬਿਲਕੁਲ ਗਲਤ ਹੈ ਕਿ ਪੰਜਾਬ 'ਚ ਸਿੱਖਾਂ 'ਤੇ ਅਤਿਆਚਾਰ ਹੋ ਰਹੇ ਨੇਗੇ ਸਿੱਖੀ ਚੀਫ ਮਿਨਿਸਟਰ ਪਹਿਲੇ ਸੀਗੇ ਸਿੱਖੀ ਚੀਫ ਮਿਨਿਸਟਰ ਹੁਣ ਨੇ ਪੰਜਾਬ ਦਾ ਤਾਂ ਹਮੇਸ਼ਾ ਹੀ ਜੇ ਤੁਸੀਂ ਦੇਖੋ ਇਤਿਹਾਸ ਸਾਰੇ ਸਿੱਖ ਚੀਫ ਮਿਨਿਸਟਰ ਰਹੇ ਨੇ ਪਾਰਟੀ ਕੋਈ ਵੀ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਹੁਣ ਆਪ ਪਾਰਟੀ ਆ ਗਈ ਹੈ ਤਾਂ ਇਹ ਕਹਿਣਾ ਕਿ ਅਤਿਆਚਾਰ ਹੋ ਰਹੇ ਨੇ ਅਤੇ ਐਬਸੋਲਿਊਟ ਫਾਲਸਹੁੱਡ ਪੰਜਾਬ ਦੇ ਵਿੱਚ ਬਰੋਡਲੀ ਸਪੀਕਿੰਗ ਇੱਕ ਆਪਾਂ ਫੋਰ ਐਗਜ਼ਾਮਪਲ ਐਲੀਗੇਸ਼ਨ ਲੱਗਦਾ ਕਿ ਇੱਥੇ ਜੀ ਗਨ ਕਲਚਰ ਹੈ ਉਹ ਲੇਟੈਸਟ ਫਿਗਰਸ ਜੋ ਆਈਆਂ ਨੇ ਸਟੈਟਿਸਟਿਕਸ ਆਏ ਨੇਗੇ ਕ੍ਰਾਈਮ ਦੇ ਪ੍ਰਿੰਟ ਕਰਕੇ ਇੱਕ ਬੜੀ ਵੈਲ ਨੋਨ ਆਨਲਾਈਨ ਵੈਬਸਾਈਟ ਹੈਗੀ ਹੈ ਬੜੇ ਰਿਸਪੈਕਟੇਬਲ ਸਕਾਲਰਸ ਉਹ 'ਚ ਕੰਟਰੀਬਿਊਟ ਕਰਦੇ ਨੇ ਉਹਨਾਂ ਨੇ ਡਾਟਾ ਕੱਢਿਆ ਹੈਗਾ ਸਾਰਾ ਕ੍ਰਾਈਮ ਬ੍ਰਾਂਚ ਦਾ ਪੰਜਾਬ 'ਚ ਤੇ ਗਨ ਕ੍ਰਾਈਮ ਜਿਹੜਾ ਇਜ਼ ਵਨ ਆਫ ਦਾ ਲੋਐਸਟ ਇਨ ਦਾ ਕੰਟਰੀ ਇਹ ਠੀਕ ਹੈ ਕਿਉਂਕਿ ਜਿੱਦਾਂ ਹੁਣ ਮੂਸੇਵਾਲ ਦਾ ਮਰਡਰ ਹੋਇਆ ਇਹ ਬੜਾ ਪ੍ਰੋਮੀਨੈਂਟ ਬੰਦਾ ਸੀਗਾ ਸੋ ਹਾਈਲਾਈਟ ਹੋ ਗਿਆ ਇੰਟਰਨੈਸ਼ਨਲਾਈਜ਼ ਹੋ ਗਿਆ ਰਾਈਟ ਤਾਂ ਉਹਦੇ ਨਾਲ ਇੰਪ੍ਰੈਸ਼ਨ ਇਹ ਕ੍ਰੀਏਟ ਹੋ ਜਾਂਦਾ ਕਿ ਪਤਾ ਨਹੀਂ ਕਿੰਨੀ ਕੁ ਪੰਜਾਬ ਦੇ ਵਿੱਚ ਵਾਇਲੈਂਸ ਹੈਗੀ ਬਾਕੀ ਇਹ ਬਿਲਕੁਲ ਸਹੀ ਹੈ ਕਿ ਪੰਜਾਬ ਦੇ ਵਿੱਚ ਕਿਉਂਕਿ ਇਹ ਬਾਰਡਰ ਸਟੇਟ ਹੈ ਅੱਜ ਨਹੀਂ ਪਤਾ ਨਹੀਂ ਕਿੰਨੀਆਂ 15-20 ਸਦੀਆਂ ਤੋਂ ਇੱਥੋਂ ਹੀ ਐਗਰੈਸਰ ਆਏ ਨੇ ਸਾਰੇ ਜਿੰਨੇ ਐਗਰੈਸ਼ਨ ਹੋਏ ਜਿੰਨੇ ਅਫਗਾਨ ਮੁਗਲ ਹੋਰ ਹੋਏ ਉਹ ਸਾਰੇ ਪੰਜਾਬ ਦੇ ਰਾਹੀਂ ਆਏ ਨੇ ਸੋ ਸਾਡਾ ਇੱਕ ਵਾਇਲੈਂਸ ਨੂੰ ਟੋਲਰੈਂਸ ਦਾ ਜਿਹੜਾ ਲੈਵਲ ਹੈ ਉਹ ਬਹੁਤ ਹਾਈ ਹੈਗਾ ਔਰ ਅਸੀਂ ਦੂਜਾ ਮੈਂ ਕਹਿੰਦਾ ਗਾ ਪੰਜਾਬੀਆਂ ਦੇ ਬਾਰੇ ਕਿ ਅਸੀਂ ਇਤਿਹਾਸ ਦੇ ਵਿੱਚ ਯੂ ਸੀ ਇਟਸ ਗੁੱਡ ਟੂ ਲਰਨ ਲੈਸਨਸ ਫਰੋਮ ਹਿਸਟਰੀ ਐਂਡ ਮੂਵ ਫੋਰਵਰਡ ਬਟ ਇਫ ਯੂ ਲਿਵ ਇਨ ਹਿਸਟਰੀ ਦੈਨ ਇਟਸ ਲਿਵਿੰਗ ਬਾਈ ਦਾ ਗ੍ਰੇਵਯਾਰਡ ਸਾਡੀ ਇੱਕ ਟੈਂਡੈਂਸੀ ਹੈਗੀ ਕਿ ਅੱਜ ਦੇ ਇਵੈਂਟਸ ਨੂੰ ਅਸੀਂ ਇਤਿਹਾਸਿਕ ਕੋਈ ਇੰਸਟੈਂਸ ਲੈ ਕੇ ਉਹਨੂੰ ਕੋਟ ਕਰਕੇ ਕਿਸੇ ਮਹਾਂਪੁਰਸ਼ ਦੀ ਜਾਂ ਹੋਰ ਉਹ ਅੱਜ ਦੀ ਕੰਡਕਟ ਨੂੰ ਜਸਟੀਫਾਈ ਕਰਨ ਲੱਗ ਜਾਂਦੇ ਹਾਂ ਸੋ ਇਹ ਕਲਚਰਲ ਇੱਕ ਰਿਫੋਰਮ ਦੀ ਵੀ ਸਾਡੇ ਸਮਾਜ ਦੇ ਵਿੱਚ ਲੋੜ ਹੈ ਅਰਨੋਲਡ ਟੋਇਨਬਾਈ ਇੱਕ ਬੜਾ ਵੱਡਾ ਇਤਿਹਾਸਕਾਰ ਹੋਇਆ ਉਹਨੇ ਕਿਹਾ ਮੈਂ ਹਮੇਸ਼ਾ ਕੋਟ ਕਰਦਾ ਹੁੰਦਾ ਉਹਨੂੰ ਔਰ ਲਿਖਿਆ ਵੀ ਆਪਣੀ ਕਿਤਾਬ ਦੇ ਵਿੱਚ ਕਿ ਸਿਵਿਲਾਈਜੇਸ਼ਨ ਡਾਈ ਨੋਟ ਬਾਈ ਮਰਡਰ ਬਟ ਬਾਈ ਸੁਇਸਾਈਡ ਸੋ ਕਮਿਊਨਿਟੀਜ਼ ਨੂੰ ਇਹ ਸੋਚਣ ਦੀ ਲੋੜ ਹੈ ਆਪਣੀ ਕਿ ਤੁਸੀਂ ਕਿਸ ਤਰ੍ਹਾਂ ਅੱਗੇ ਵਧਣਾ ਔਰ ਉਹ ਵਧਣ ਦਾ ਤਰੀਕਾ ਹੈਗਾ ਥਰੂ ਨੌਲੇਜ ਐਕਸਲੈਂਸ ਤੁਸੀਂ ਜੇ ਆਪਾਂ ਕਹਿੰਦੇ ਹਾਂ ਜੀ ਖਾਲਸਾ ਜੀ ਦਾ ਬੋਲਬਾਲਾ ਅੱਜ ਦੀ ਦੁਨੀਆ ਦੇ ਵਿੱਚ ਖਾਲਸਾ ਜੀ ਦਾ ਬੋਲਬਾਲਾ ਉਹ ਬੰਦੂਕ ਨਾਲ ਨਹੀਂ ਹੋ ਸਕਦਾ ਜੀ ਖਾਲਸਾ ਜੀ ਦਾ ਬੋਲਬਾਲਾ ਹੋ ਸਕਦਾ ਜੇ ਤੁਸੀਂ ਨੌਲੇਜ ਪ੍ਰਾਪਤ ਕਰਕੇ ਵੱਖ ਵੱਖ ਫੀਲਡਸ ਦੇ ਵਿੱਚ ਐਕਸੈਲ ਕਰੋ ਔਰ ਕਰ ਰਹੇ ਹਾਂ ਆਪਾਂ ਤੁਸੀਂ ਦੇਖੋ ਕਿੰਨੇ ਪੰਜਾਬੀ ਜਿਹੜੇ ਨੇਗੇ ਉਹ ਪੰਜਾਬ ਜਾਂ ਹਿੰਦੁਸਤਾਨ 'ਚ ਨਹੀਂ ਤੁਹਾਡੇ ਕੈਨੇਡਾ ਦੇ ਵਿੱਚ ਹੈਗੇ ਨੇ ਪ੍ਰੋਮੀਨੈਂਟ ਪੋਜੀਸ਼ਨ ਦੇ ਵਿੱਚ ਅਮਰੀਕਾ 'ਚ ਬੈਠੇ ਨੇ ਇੰਟਰਨੈਸ਼ਨਲੀ ਰੈਕੋਗਨਾਈਜ਼ ਨੇਗੇ ਪੰਜਾਬੀਜ਼ ਐਂਡ ਸਿੱਖ ਕਮਿਊਨਿਟੀ ਟੂਡੇ ਇਜ਼ ਟੈਰੀਟੋਰੀਅਲ ਲਿੰਕ ਟੂ ਪੰਜਾਬ ਦ ਸੋ ਕਾਲਡ ਸੋਵਰੈਨਿਟੀ ਉਹ ਪੰਜਾਬ ਸੀਮਤ ਨਹੀਂ ਹੈਗੀ ਸਾਡੀ ਖਾਲਸਾ ਜੀ ਦਾ ਬੋਲਬਾਲਾ ਸਾਰੇ ਪਾਸੇ ਹੈਗਾ ਯੂ ਹੈਵ ਕੈਨੇਡੀਅਨ ਪੰਜਾਬੀਜ਼ ਯੂ ਹੈਵ ਅਮਰੀਕਨ ਸਿੱਖ ਸੋ ਉਹ ਹਾਂਜੀ ਹਾਂਜੀ ਹਾਂਜੀ
ਸੋ ਇਸ ਚੀਜ਼ ਨੂੰ ਸਮਝਣਾ ਜ਼ਰੂਰੀ ਕਿਉਂਕਿ ਸਾਡੇ 'ਚ ਇੱਕ ਟੈਂਡੈਂਸੀ ਹੈਗੀ ਕਿ ਅਸੀਂ ਇੱਕ ਤਾਂ ਵੀ ਸਫਰ ਫਰੋਮ ਪਰਸੀਕਿਊਸ਼ਨ ਯੂ ਨੋ ਇੱਕ ਵੈਲਿਊ ਦੇ ਵਿੱਚ ਸਾਡੇ ਮੈਂਟੈਲਿਟੀ ਜਿਹੜੀ ਚੜ੍ਹਦੀ ਕਲਾ ਦੀ ਮੈਂਟੈਲਿਟੀ ਸੀ ਸਿੱਖਾਂ ਦੀ ਉਹ ਅੱਜ ਇੱਕ ਤਰ੍ਹਾਂ ਦੀ ਵਿਕਟਮ ਮੈਂਟੈਲਿਟੀ ਜਿਹੜੀ ਉਸ ਪਾਸੇ ਨੂੰ ਜੋ ਇਹ ਪ੍ਰੋਗਰੈਸ ਹੋ ਰਹੀ ਹੈ ਹਾਊ ਇਜ਼ ਦੈਟ ਇੰਪੈਕਟਿੰਗ ਐਂਡ ਸਪੈਸ਼ਲੀ ਐਜ਼ ਯੂ ਮੈਂਸ਼ਨਡ ਕਿ ਖਾਲਿਸਤਾਨ ਦਾ ਉਸ ਸਮੇਂ ਵੀ ਨਹੀਂ ਸੀ ਪਰ ਅੱਜ ਵੀ ਜਿਹੜਾ ਹੈਗਾ ਲੋਕਾਂ ਦੇ ਵਿੱਚ ਇਹ ਨਹੀਂ ਹੈਗਾ ਬਟ ਕੁਛ ਅਨਸਰ ਜਿਹੜੇ ਹੈਗੇ ਨੇ ਜਦੋਂ ਉਸ ਨੂੰ ਪ੍ਰੋਪੇਗੇਟ ਜਿਸ ਤਰੀਕੇ ਨਾਲ ਕਰਦੇ ਹੈਗੇ ਨੇ ਤੇ ਉਹਦੇ ਵਿੱਚ ਇਹੀ ਲੱਗਦਾ ਕਿ ਜੀ ਕਮਿਊਨਿਟੀ ਇਜ਼ ਬੀਂਗ ਮਾਰਜਨਲਾਈਜ਼ ਕਮਿਊਨਿਟੀ ਇਜ਼ ਬੀਂਗ ਯੂ ਨੋ ਸੈਗਰੀਗੇਟਡ ਐਂਡ ਵਟ ਨਾਟ ਸੋ ਵਟ ਲਾਈਕ ਯੂ ਵੈਰੀ ਰਾਈਟਲੀ ਸੈਡ ਐਜੂਕੇਸ਼ਨ ਇਜ਼ ਦ ਕੀ ਦ ਫਾਊਂਡੇਸ਼ਨ ਫਾਰ ਪ੍ਰੋਗਰੈਸ ਐਂਡ ਅੱਜ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਿੱਖ ਰਹਿੰਦੇ ਨੇ ਉਹ ਕਾਮਯਾਬ ਹੈਗੇ ਨੇ ਕੰਮ ਕਰ ਰਹੇ ਨੇ ਮਿਹਨਤ ਕਰਦੇ ਨੇ ਅਤੇ ਲੰਗਰ ਵਜੋਂ ਤਾਂ ਅਸੀਂ ਵੈਸੇ ਹੀ ਦੁਨੀਆ ਜਾਣੇ ਜਾਣੇ ਹੈਗੇ ਹਾਂ ਸੋ ਉਸ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਜੋ ਹੁਣ ਹਾਲਾਤ ਨੇ ਅਤੇ ਜੋ 38 ਸਾਲ ਨਾਲ ਅਸੀਂ ਕੰਪੇਅਰ ਕਰਦੇ ਹਾਂ ਉਹ ਤੁਸੀਂ ਆਫਕੋਰਸ ਕਿਤਾਬ ਦੇ ਵਿੱਚ ਬੜਾ ਵਧੀਆ ਤਰੀਕੇ ਨਾਲ ਲਿਖਿਆ ਹੈਗਾ ਜੀ ਉਹਦੇ 'ਚੋਂ ਜੇ ਕੁਛ ਤੁਸੀਂ ਐਡ ਔਨ ਕਰਨਾ ਹੋਏ ਕਿ ਕਿਸ ਤਰੀਕੇ ਨਾਲ ਅਸੀਂ ਇਹ ਚੀਜ਼ਾਂ ਨੂੰ ਅਪਣਾਈਏ ਤਾਂ ਕਿ ਅਸੀਂ ਸਾਰੇ ਪ੍ਰੋਗਰੈਸ ਕਰ ਸਕੀਏ ਵਟ ਵੁੱਡ ਦੈਟ ਬੀ ਨਹੀਂ ਜੀ ਸਰਬੱਤ ਦਾ ਭਲਾ ਸਿੱਖਿਜ਼ਮ ਦਾ ਤਾਂ ਪ੍ਰਿੰਸੀਪਲ ਹੀ ਇਹ ਹੈਗਾ ਗੁਰੂ ਨਾਨਕ ਦੇਵ ਜੀ ਬਾਬਾ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਇਹੀ ਸਾਨੂੰ ਸਿਖਾਇਆ ਹੈਗਾ ਤੁਸੀਂ ਦੇਖੋ ਮੈਂ ਤੁਹਾਨੂੰ ਇਤਿਹਾਸ ਦੀਆਂ ਆਪਣੀ ਦੀਆਂ ਦੋ ਉਦਾਹਰਣ ਦਿੰਦਾ ਜੇ ਤੋਂ ਲੈਸਨ ਲਰਨ ਕਰਨ ਦੀ ਹੈਗੀ ਹੈ ਗੁਰੂ ਮਹਾਰਾਜ ਅਰਜਨ ਦੇਵ ਜੀ ਗੁਰੂ ਮਹਾਰਾਜ ਤੇਗ ਬਹਾਦਰ ਜੀ ਉਹਨਾਂ ਨੇ ਸ਼ਹਾਦਤ ਦਿੱਤੀ ਆਪਣੀ ਬੰਦੂਕ ਚੱਕ ਕੇ ਨਹੀਂ ਜੀ ਮੁਗਲਾਂ ਦੀ ਐਕਸੈਸਿਸ ਨੂੰ ਵਿਲਿੰਗਲੀ ਸਮਾਈਲਿੰਗਲੀ ਦੂਜੇ ਧਰਮਾਂ ਦੀ ਔਰ ਆਪਣੇ ਧਰਮ ਦੀ ਜਿਹੜੀ ਹੈਗੀ ਫਰੀਡਮ ਦੇ ਲਈ ਆਪਣੀ ਲਾਈਫ ਨੂੰ ਸੈਕਰੀਫਾਈਸ ਕਰ ਦਿੱਤਾ ਹੈਂਜੀ ਸੋ ਸਾਡੀ ਜਿਹੜੀ ਸ਼ਹਾਦਤ ਦੀ ਹਿਸਟਰੀ ਹੈ ਉਹ ਉਹ ਵਾਇਲੈਂਸ ਦੀ ਸ਼ਹਾਦਤ ਨਹੀਂ ਹੈ ਵਾਇਲੈਂਸ ਦੂਜੇ ਪਾਸੇ ਹੁੰਦੀ ਹੈ ਸਾਡੇ 'ਤੇ ਔਰ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਹੈਗਾ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਜੇ ਤੁਸੀਂ ਡੋਮੀਨੇਟ ਕਰਨਾ ਹੈਗਾ ਕਿਸੇ ਵੀ ਕਮਿਊਨਿਟੀ ਨੇ ਡੋਮੀਨੇਟ ਕਰਨਾ ਜਾਂ ਐਕਸੈਲ ਕਰਨਾ ਉਹ ਥਰੂ ਨੌਲੇਜ ਹੀ ਹੈ ਹੁਣ ਕੈਨੇਡਾ ਦੇ ਵਿੱਚ ਹੀ ਤੁਸੀਂ ਲੈ ਲਓ ਜਿੰਨੇ ਆਪਣੇ ਉੱਚੇ ਅਹੁਦਿਆਂ ਦੇ ਲੋਕ ਪਹੁੰਚੇ ਨੇ ਕੋਈ ਵੈਪਨਸ ਨਾਲ ਪਹੁੰਚੇ ਨੇਗੇ ਇਟ ਇਜ਼ ਬਾਈ ਕੰਸੈਂਸਸ ਬਿਲਡਿੰਗ ਇਟ ਇਜ਼ ਬਾਈ ਪ੍ਰੋਕਿਊਰਿੰਗ ਦ ਗੁੱਡਵਿਲ ਆਫ ਦ ਵੋਟਰਸ ਸੋ ਇਹੀ ਚੀਜ਼ ਸਾਨੂੰ ਇੱਥੇ ਯਾਦ ਰੱਖਣੀ ਚਾਹੀਦੀ ਹੈ ਬਟ ਜਿਸ ਤਰ੍ਹਾਂ ਤੁਸੀਂ ਵੈਰੀ ਰਾਈਟਲੀ ਤੁਸੀਂ ਕਿਹਾ ਹੈਗਾ ਕਿ ਕੁਛ ਅਨਸਰ ਮਿਸਚੀਵੀਅਸ ਅਨਸਰ ਜਿਹੜੇ ਨੇਗੇ ਅੱਜ ਕੱਲ੍ਹ ਕਮਿਊਨੀਕੇਸ਼ਨ ਬੜਾ ਤੇਜ਼ ਹੋ ਗਿਆ ਉਹ ਹਾਈਲਾਈਟ ਕਰ ਦਿੰਦੇ ਨੇ ਇਸ ਇਸ਼ੂ ਨੂੰ ਔਰ ਇੱਕ ਪਰਸੀਕਿਊਸ਼ਨ ਦਾ ਸਿੰਪਟਮ ਜਿਹੜਾ ਉਹਨੂੰ 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 ਬਾਰ ਬਾਰ ਰਿਪੀਟ ਕਰਦੇ ਨੇਗੇ ਹਿੰਦੁਸਤਾਨ 'ਚ ਤੁਸੀਂ ਦੇਖ ਲਓ ਦੋ ਤੁਹਾਡੇ ਆਰਮੀ ਚੀਫ ਸਿੱਖ ਸੀਗੇ ਇੱਕ ਤੁਹਾਡਾ ਪ੍ਰਾਈਮ ਮਿਨਿਸਟਰ ਸਿੱਖ ਸੀਗਾ ਇੱਕ ਤੁਹਾਡਾ ਪ੍ਰੈਜ਼ੀਡੈਂਟ ਆਫ ਇੰਡੀਆ ਸਿੱਖ ਸੀਗਾ ਉਹ ਕਿੱਥੋਂ ਬਣ ਗਏ ਉਹ ਇੰਡੀਵਿਜੁਅਲ ਐਕਸਲੈਂਸ ਨਾਲ ਹੀ ਉੱਪਰ ਆਏ ਨਾ ਜੀ ਤੋ ਇਸੇ ਤਰ੍ਹਾਂ ਇੰਡੀਵਿਜੁਅਲ ਐਕਸਲੈਂਸ ਦੇ ਨਾਲ ਜਿਸ ਵੀ ਫੀਲਡ ਦੇ ਵਿੱਚ ਹੋਵੋ ਤੁਸੀਂ ਉੱਪਰ ਚੜ੍ਹ ਕੇ ਜਿਹੜਾ ਹੈਗਾ ਉਹ ਆਪਣੀ ਬੋਲਬਾਲਾ ਜਿਹੜਾ ਹੈਗਾ ਲਿਆ ਸਕਦੇ ਹੋ ਇਹ ਜ਼ਰੂਰੀ ਹੈ ਇਸੇ ਤਰ੍ਹਾਂ ਮੈਂ ਸਮਝਾਂਗਾ ਕਿ ਗੌਮੀ ਜਿਹੜਾ ਇੱਕ ਲੈਸਨ ਲਰਨ ਕੀਤਾ ਇਹਦੇ 'ਚ ਇੱਕ ਕਨਫਲਿਕਟ ਦੇ ਨਾਲ ਜਿੱਦਾਂ ਹੁਣ ਪੰਜਾਬ ਦਾ ਸੀਗਾ 26 ਮੀਟਿੰਗਸ ਹੋਈਆਂ ਇਟ ਕੁਡ ਹੈਵ ਬੀਨ ਈਜ਼ੀਲੀ ਰਿਜ਼ੋਲਵਡ ਅਕ੍ਰੋਸ ਦ ਟੇਬਲ ਥਰੂ ਨੈਗੋਸੀਏਸ਼ਨ ਤੋ ਉਹ ਨਾ ਕਰਨਾ ਜਿਹੜਾ ਹੈਗਾ ਉਹਦੇ ਨਾਲ ਵੀ ਇੱਕ ਸੁਸਾਇਟੀ ਦੇ ਵਿੱਚ ਡਿਵੀਜ਼ਨਸ ਕ੍ਰੀਏਟ ਹੋ ਜਾਂਦੇ ਨੇ ਐਂਡ ਮੋਰ ਪਲੂਰਲਿਸਟਿਕ ਸੁਸਾਇਟੀ ਇਜ਼ ਮੋਰ ਗਿਵਨ ਇਟ ਇਜ਼ ਟੂ ਡਿਵਿਸਿਵ ਫੋਰਸਿਸ ਸੋ ਵੀ ਹੈਵ ਟੂ ਬੀ ਵੈਰੀ ਕੇਅਰਫੁਲ ਐਂਡ ਕੌਨਸ਼ੀਅਸ ਆਫ ਦਿਸ ਫੈਕਟ ਇਟ ਵਾਜ਼ ਅ ਪਲੇਜ਼ਰ ਟਾਕਿੰਗ ਟੂ ਯੂ ਰਮੇਸ਼ਨ ਦਿਸ ਜੀ ਥੈਂਕ ਯੂ ਵੈਰੀ ਮੱਚ ਤੇ ਕਿਤਾਬ ਜਿੱਥੇ ਇੰਡੀਆ ਥੈਂਕ ਯੂ ਵੈਰੀ ਮੱਚ ਨੂੰ ਤੁਸੀਂ ਲਾਂਚ ਕਰ ਰਹੇ ਹੋ ਬਾਹਰ ਅਸੀਂ ਇੱਥੇ ਜਿੱਥੇ ਬੈਠੇ ਹਾਂ ਵੀ ਵਾਂਟ ਟੂ ਗੈਟ ਦ ਬੁੱਕਸ ਹੇਅਰ ਕਿੱਥੋਂ ਮਿਲ ਸਕਦੀਆਂ ਜੀ ਇਹ ਬੁੱਕਸ ਇਸ ਤਰ੍ਹਾਂ ਜੀ ਕਿ ਇੱਕ ਤੁਹਾਡੇ ਬਾਰਨਜ਼ ਐਂਡ ਨੋਬਲ ਕਰਕੇ ਹਾਂਜੀ ਅਮਰੀਕਾ 'ਚ ਔਨਲਾਈਨ ਹੈਗੀ ਹੈ ਜੀ ਹਾਂਜੀ ਅਮਰੀਕਾ 'ਚ ਹੈ ਉਹ ਸਪਲਾਈ ਕਰਨੀ ਹੈ ਕੈਨੇਡਾ ਦੇ ਵਿੱਚ ਐਮਾਜ਼ੋਨ ਤੇ ਵੀ ਅਵੇਲੇਬਲ ਹੈ ਕਿੰਡਲ ਵੀ ਅਵੇਲੇਬਲ ਹੈ ਤੇ ਵੈਸੇ ਵੀ ਹੋਰ ਬਹੁਤ ਆਪਸ਼ਨਸ ਨੇ ਜੇ ਤੁਸੀਂ ਕਿਤਾਬ ਦਾ ਨਾਂ ਲਿਖ ਕੇ ਆਥਰ ਦਾ ਨਾਂ ਲਿਖ ਕੇ ਗੂਗਲ ਕਰੋ ਆਲ ਦੋਜ਼ ਆਪਸ਼ਨਸ ਵਿਲ ਕਮ ਐਂਡ ਯੂ ਕੈਨ ਪ੍ਰੀ ਆਰਡਰ ਇਟ ਬਿਕੋਜ਼ ਅੱਜ ਆਰਡਰ ਕਰੋਗੇ ਤਾਂ 20 ਨੂੰ ਡਿਲੀਵਰੀ ਹੋ ਜਾਏਗੀ ਐਕਸਲੈਂਟ ਜੀ ਜ਼ਰੂਰ ਜੀ ਡੈਫੀਨੇਟਲੀ ਐਂਡ ਇਹ ਤਾਂ ਇੱਕ ਬਿਕੋਜ਼ ਆਈ ਹੈਵਨਟ ਗੋਨ ਥਰੂ ਦ ਬੁੱਕ ਵੁੱਡ ਲਵ ਟੂ ਗੋ ਥਰੂ ਦ ਬੁੱਕ ਐਂਡ ਦੈਨ ਇੱਕ ਵਾਰ ਫਿਰ ਤੁਹਾਡੇ ਨਾਲ ਅਸੀਂ ਰਾਬਤਾ ਬਣਾ ਕੇ ਡੀਟੇਲਸ ਦੇ ਵਿੱਚ ਕੁਝ ਗੱਲਾਂ ਬਾਤਾਂ ਕਰਾਂਗੇ ਬਟ ਥੈਂਕ ਯੂ ਵੈਰੀ ਮੱਚ ਫੋਰ ਆਲ ਦਿਸ ਇਨਫੋਰਮੇਸ਼ਨ ਦੈਟ ਯੂ ਆਰ ਗਿਵਿੰਗ ਐਂਡ ਵੀ ਹੋਪ ਇਹ ਜਿਹੜੀ ਇੱਕ ਨਵੀਂ ਕਿਤਾਬ ਮਾਰਕੀਟ ਵਿੱਚ ਆਈ ਹੈ ਬਹੁਤ ਸਾਰੀ ਫੈਲਸੀਜ਼ ਬਹੁਤ ਸਾਰੇ ਜਿਹੜੇ ਤੱਥ ਜਿਹਨਾਂ ਨੂੰ ਕਿ ਤੋੜ ਮਰੋੜ ਕੇ ਕਈ ਵਾਰ ਪੇਸ਼ ਕੀਤਾ ਗਿਆ ਉਸ ਦੇ ਉੱਤੇ ਇਹ ਇੱਕ ਰੈਕਡ ਹੋਏਗਾ ਅਤੇ ਉਸ ਦੇ ਵਿੱਚ ਲੋਕਾਂ ਨੂੰ ਬੈਨੀਫਿਟ ਮਿਲੇਗਾ ਥੈਂਕ ਯੂ ਵੈਰੀ ਮੱਚ ਹੈਵ ਅ ਗ੍ਰੇਟ ਈਵਨਿੰਗ ਥੈਂਕ ਯੂ ਵੈਰੀ ਮੱਚ ਥੈਂਕ ਯੂ ਜੀ ਸੋ ਇਹ ਸਨ ਰਮੇਸ਼ ਇੰਦਰ ਸਿੰਘ ਜੀ ਸਾਡੇ ਮਹਿਮਾਨ ਚੰਡੀਗੜ੍ਹ ਤੋਂ ਅਤੇ ਇਹਨਾਂ ਨੇ ਜਿਹੜੀ ਕਿਤਾਬ ਲਿਖੀ ਹੈ ਟਰਮੋਇਲ ਇਨ ਪੰਜਾਬ ਬਿਫੋਰ ਐਂਡ ਆਫਟਰ ਬਲੂ ਸਟਾਰ ਇਹ ਬਾਰਨਜ਼ ਐਂਡ ਨੋਬਲਸ ਤੋਂ ਐਮਾਜ਼ੋਨ ਤੋਂ ਤੁਸੀਂ ਆਰਡਰ ਕਰ ਸਕਦੇ ਹੋ
ਇਹ ਕਿਤਾਬ ਜਿਹੜੀ ਇਸ ਦੇ ਵਿੱਚ ਇਹਨਾਂ ਨੇ ਜਿਹੜੇ ਤੱਥ ਲਿਖੇ ਨੇ, ਕਿਉਂਕਿ ਇਹ ਡਿਪਟੀ ਕਮਿਸ਼ਨਰ ਸਨ ਪੰਜਾਬ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ ਜਦੋਂ ਇਹ ਹਾਦਸਾ ਦਰਬਾਰ ਸਾਹਿਬ ਦਾ ਜੋ ਆਪਰੇਸ਼ਨ ਬਲੂ ਸਟਾਰ ਹੋਇਆ, ਅਤੇ ਇਹਨਾਂ ਨੇ ਆਪਣੀ ਅੱਖੀਂ ਦੇਖੀ ਜੋ ਕੁਝ ਚੀਜ਼ਾਂ ਹੈਗੀਆਂ ਨੇ ਰਿਟਾਇਰਮੈਂਟ ਤੋਂ ਬਾਅਦ ਤੁਹਾਡੇ ਤੱਕ ਲੈ ਕੇ ਆਏ ਨੇ, ਸੋ ਇਸ ਵਾਸਤੇ ਤੁਸੀਂ ਇਹਨਾਂ ਨਾਲ ਇਹ ਕਿਤਾਬ ਮੰਗਵਾ ਕੇ ਜ਼ਰੂਰ ਪੜ੍ਹੋ, ਕਿਉਂਕਿ ਕਿਤਾਬਾਂ ਦੇ ਰਾਹੀਂ ਸਾਨੂੰ ਜੋ ਇਤਿਹਾਸ 'ਚੋਂ ਨੌਲੇਜ ਮਿਲਦੀ, ਉਸ ਨਾਲ ਬਹੁਤ ਸਾਰੀਆਂ ਗਲਤ ਫਹਿਮੀਆਂ, ਬਹੁਤ ਸਾਰੇ ਤੋੜ ਮਰੋੜ ਕੇ ਜਿਸ ਤਰ੍ਹਾਂ ਤੱਥ ਪੇਸ਼ ਕੀਤੇ ਜਾਂਦੇ ਨੇ, ਉਸ ਤੋਂ ਅਸੀਂ ਜਾਣੂ ਹੁੰਦੇ ਹਾਂ। ਤੁਹਾਡਾ ਮੇਰਾ ਸਾਥ ਹੋ ਕਰਦਾ ਮੰਡੇ ਟੂ ਫਰਾਈਡੇ ਸ਼ਾਮ ਦੇ 6 ਵਜੇ ਪੈਸੀਫਿਕ ਸਟੈਂਡਰਡ ਟਾਈਮ ਦੇ ਮੁਤਾਬਿਕ। ਇਫ ਯੂ ਆਲਸੋ ਵਾਂਟ ਟੂ ਬੀ ਅ ਪਾਰਟ ਆਫ ਦਿਸ ਪ੍ਰੋਗਰਾਮ, ਯੂ ਕੈਨ ਕੰਟੈਕਟ ਮੀ ਐਟ 604-603-7555। ਵਟਸਐਪ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਕਿੱਥੋਂ ਵੀ ਸੰਪਰਕ ਕਰ ਸਕਦੇ ਹੋ। ਇਸ ਪ੍ਰੋਗਰਾਮ ਦਾ ਮਕਸਦ ਹੈ ਤੁਹਾਨੂੰ ਐਜੂਕੇਟ ਕਰਨਾ, ਇੰਸਪਾਇਰ ਕਰਨਾ ਅਤੇ ਇੰਪਾਵਰ ਕਰਨਾ। ਅੱਜ 6 ਜੂਨ 2022 ਹੈ, ਅਤੇ ਅੱਜ ਦਾ ਹੀ ਦਿਨ ਜੋ ਹੈ ਜਦੋਂ ਅਸੀਂ 38 ਸਾਲ ਪਹਿਲਾਂ ਜਾਂਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਆਪਰੇਸ਼ਨ ਬਲੂ ਸਟਾਰ ਜੋ ਹੈ ਇਹ ਖਤਮ ਹੋਇਆ ਸੀ, ਅਤੇ ਉਸੇ ਨੂੰ ਸਮਰਪਿਤ ਅੱਜ ਅਸੀਂ ਇਹ ਬੇਗੁਨਾਹ ਲੋਕ ਜੋ ਮਾਰੇ ਗਏ ਉੱਥੇ, ਉਹਨਾਂ ਦੀ ਯਾਦ ਦੇ ਵਿੱਚ ਇਹ ਪ੍ਰੋਗਰਾਮ ਕੀਤਾ। ਇੱਥੇ ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ। ਹੈਵ ਅ ਸੇਫ ਈਵਨਿੰਗ, ਸਟੇ ਹੈਲਦੀ ਐਂਡ ਇੰਜੋਏ ਯੋਰਸੈਲਫ।